2020 CDL ड्राइविंग स्कूल फ्रेडरिक्सबर्ग वर्जीनिया ਵਿਖੇ ਜਿੱਥੇ CDL ਕਲਾਸ A B ਤੇ P ਦੀ ਟ੍ਰੇਨਿੰਗ ਕਾਰਸ ਬੱਸਿਸ ਵਾਕਸ ਟ੍ਰਕ ਕਮਰਸ਼ੀਅਲ ਟ੍ਰੈਕਟਰ ਟ੍ਰੇਲਰ ਵੀ ਚਲਾਉਣਾ ਸਿਖਾਈ ਜਾਂਦੀ ਨੇ ਇਥੇ ਨਾ ਸਿਰਫ ਪੰਜਾਬੀ ਹਿੰਦੀ ਅੰਗਰੇਜ਼ੀ ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ ਸਗੋਂ ਰਹਿائش ਦਾ ਵੀ ਪ੍ਰਬੰਧ ਹੈ ਅੱਜ ਹੀ ਸੰਪਰਕ ਕਰੋ 704065609853 ਓਏ ਮੇਰੇ ਵੀਰ ਮੈਨੂੰ ਫਸ ਇੱਕ ਗੱਲ ਦੱਸ ਦੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ ਅਰਲਿੰਗਟਨ ਫਿਊਲ ਸਟਾਪ 1801 ਬਾਇਨਰੀ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੂਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360 652 64 ਯਾਨੀ 360652 6066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ ਸੈਕਿੰਡ ਲੋਕੇਸ਼ਨ ਲਾਸਟ ਹਿੱਲ ਟ੍ਰੈਵਲ ਸੈਂਟਰ 14804 ਐਲੋਮ ਸਟਰੀਟ ਲਾਸਟ ਹਿੱਲ ਫੋਨ ਨੰਬਰ 6017773 ਚੋਰਿੰਜਾ ਓ ਯਾਰ ਕੀ ਕੀ ਸੁਪਨੇ ਦੇਖੇ ਸੀ ਕੈਨੇਡਾ ਆਣ ਤੋਂ ਪਹਿਲਾਂ ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ ਜੀ ਹਾਂ ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਦਾ ਤਜਰਬੇ ਵਾਲੇ ਡਰਾਈਵਰਜ਼ ਦੀ ਲੋੜ ਹੈ ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਅਰੀਜ਼ੋਨਾ ਦੇ ਸਿੱਧੇ ਰਾਹ ਹਨ ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ ਹੋਮ ਰਿਟਰਨ ਵਿਥਿਨ 5 ਡੇਜ਼ ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ ਔਰ ਹਾਂ ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ ਵਧੇਰੇ ਜਾਣਕਾਰੀ ਲਈ ਕਾਲ 4034049501 4034049501 Dreamliner Express Company Calgary Alberta Canada ਬਠਿੰਡਾ ਦੀ ਗ੍ਰੀਨ ਸਿਟੀ ਦੀ ಅಪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਿਆ ਗ੍ਰੀਨ ਸਿਟੀ ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਖੁੱਲੀਆਂ ਸੜਕਾਂ ਹਰਾ-ਭਰਾ ਵਾਤਾਵਰਣ ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ ਸੰਪਰਕ ਕਰੋ 8556002064 ਅਤੇ 8556002071 ट्रकिंग वाले वीरो ध्यान ਨਾਲ ਸੁਣੋ ট্রাক ਜਿੱਦਾਂ ਦਾ ਵੀ ਚਲਾਉਨੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟ੍ਰੱਕ ਕਲੂਬ ਚੇਤੇ ਆਹੀ ਨਾ ਰੱਖਿਓ ট্রাক ਦੀ ਵਧੀਆ ਸਰਵਿਸ ਲਈ ਕੁਇਕ ਟ੍ਰੱਕ ਕਲੂਬ ਲੋਜੀ ਤੀਜੀ ਲੋਕੇਸ਼ਨ ਵੀ ਖੋਲ੍ਹਤੀ ਆ ਐਗਜ਼ਿਟ 579 ਫ੍ਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ थ्रू ਫੈਸਿਲਿਟੀ ਐਗਜ਼ਿਟ 579 ਫ੍ਰੋਮ ਹਾਈਵੇ 401 ਇਨ ਨਾਪਨੀ ਕੁਇਕ ਟ੍ਰੱਕ ਕਲੂਬ ਦ ਵਨ ਸਟਾਪ ਸ਼ਾਪ 5196220660 ਜਾਂ quicktruckclub.com qtl ਬਿਕੋਜ਼ ਵੀ ਕੇਅਰ

Seko Immigration Services California Immigration Consultant Registered ate Bonded Immigration Assistance de naal Citizenship Work Permit Process Service OCI Card Family Petition Indian Passport Indian Visa ate Notary Public layi sampark karo Seko Immigration Services Go Sharon Seko 22693 Esperian Boulevard Suite 250 Hayward California Call 5102009988 ਪ੍ਰੋਗਰਾਮ ਚਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਮਾਫੀ ਚਾਹੁੰਦੇ ਹਾਂ ਕੱਲ ਹਾਜ਼ਰੀ ਨਹੀਂ ਦਿਵਾ ਸਕੇ ਕਿਉਂਕਿ ਤਬੀਅਤ ਖਰਾਬ ਸੀ ਸੋ ਅੱਜ ਵੀ ਕਬੂਲ ਕਰਿਓ ਢਿਲੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਢਿਲੋ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਾਂ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਸਿੱਧੂ ਨੇ ਸਲਾਹ ਕਰ ਕੇ ਹੋ ਜੇ ਰੱਖੀ ਹੈ ਉਹ ਕਹਿੰਦੇ ਸਲਾਹ ਘੱਟ ਦਿੰਦੇ ਆ ਗੱਲ 'ਚ ਸਾਫਾ ਵੱਧ ਪਵਾ ਰਿਹਾ ਸਿੱਧੂ ਦੇ ਪੰਜਾਬ ਦੀ ਇਕੱਲੀ ਕਾਂਗਰਸ ਨਹੀਂ ਨਹੀਂ ਸਾਰੀਆਂ ਧਿਰਾਂ ਹੀ ਔਖੀਆਂ ਹੋ ਗਈਆਂ ਦੇਖੋ ਗੱਲ ਇਹ ਹੈ ਕਿ ਜਦੋਂ ਸਲਾਹਕਾਰ ਥਾਪੇ ਸੀ ਹੂੰ ਉਸ ਵੇਲੇ ਮੈਂ ਇੱਕ ਗੱਲ ਕਹੀ ਸੀ ਕਿ ਇਸ ਕਿਸ਼ਤੀ 'ਚ ਸਵਾਰੀਆਂ ਲਲੀਆਂ ਲਲੀਆਂ ਬਹਿ ਗਈਆਂ ਅਰੇ ਗੱਲ ਜਿਹੜੀ ਹੈਗਾ ਕਿਸੇ ਵੇਲੇ ਕਿਸ਼ਤੀ ਕਿਤੇ ਵੀ ਡਗਮਗਾ ਸਕਦੀ ਹੈ ਡਾਮਡਲ ਹੋ ਸਕਦੀ ਹੈ ਡੁੱਬ ਵੀ ਸਕਦੀ ਹੈ ਇਹ ਨਹੀਂ ਕਿ ਸਲਾਹਕਾਰਾਂ ਦੀ ਲਿਆਕਤ ਦੇ ਉੱਤੇ ਆਪਾਂ ਨੂੰ ਕੋਈ ਸ਼ੱਕ ਹੈ ਹੂੰ ਸਲਾਹਕਾਰ ਬਹੁਤ ਵਧੀਆ ਬੰਦੇ ਹੈ ਬੇਬਾਕ ਹੈ ਆਪਣੀ ਗੱਲ ਕਹਿਣ ਦੇ ਵਿੱਚ ਸਮਰੱਥ ਹੈ ਜੀ ਲੇਕਿਨ ਵੱਡੀ ਗੱਲ ਇਹ ਹੈ ਕਿ ਸਲਾਹਕਾਰਾਂ ਦੀ ਜਿਹੜੀ ਹੈਗੀ ਹੈ ਸੋਚ ਹੂੰ ਹੂੰ ਕੀ ਕਾਂਗਰਸ ਪਾਰਟੀ ਦੀ ਸੋਚ ਦੇ ਨਾਲ ਮੇਲ ਖਾਂਦੀ ਹੈ ਜਾਂਦੀ ਹੈ ਜੇ ਹੁਣ ਆਪਾਂ ਸਲਾਹਕਾਰਾਂ ਦੀ ਗੱਲ ਕਰ ਲਈ ਤੇ ਮਾਲਵਿੰਦਰ ਸਿੰਘ ਮਾਲੀ ਹੈ ਸਟੂਡੈਂਟ ਲਾਈਫ ਤੋਂ ਮੇਰਾ ਉਹਨਾਂ ਦੇ ਨਾਲ ਵਾਹ ਜੀ ਮਾਲਵਿੰਦਰ ਸਿੰਘ ਮਾਲੀ ਬੜੇ ਆਜ਼ਾਦ ਖਿਆਲਾਂ ਦਾ ਬੰਦਾ ਹੈ ਹੂੰ ਹੂੰ ਉਹ ਜਮਹੂਰੀਅਤ ਦਾ ਬਹੁਤ ਵੱਡਾ ਮਦਈ ਹੈ ਜੀ ਉਹ ਇਸ ਗੱਲ ਦੇ ਹੱਕ ਵਿੱਚ ਹੈ ਕਿ ਜਮਹੂਰੀਅਤ ਹੋਣੀ ਚਾਹੀਦੀ ਹੈ ਉਹ ਸੰਵਾਦ ਦੇ ਹੱਕ ਵਿੱਚ ਹੈ ਹਮ ਹਮ ਕਿ ਹਰ ਮਾਮਲੇ ਦੇ ਉੱਤੇ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ ਜੀ ਉਹਦੀਆਂ ਤੁਸੀਂ ਵੀਡੀਓ ਚ ਸੁਣੋ ਉਹਦੀਆਂ ਇੰਟਰਵਿਊ ਸੁਣੋ ਉਹ ਬਾਬੇ ਨਾਨਕ ਦੇ ਫਲਸਫੇ ਦੀ ਜ਼ਿਕਰ ਕਰਦਾ ਹੈ ਜੀ ਉਹ ਕਹਿੰਦਾ ਵੀ ਉੱਤਰ ਦੀ ਜਾਏ ਹਮ ਹਮ ਗੁੱਸਾ ਨਾ ਕੀਜੇ ਮਤਲਬ ਇਹ ਇਸ ਕਿਸਮ ਜਿਹੜੀ ਮੈਥੂ ਗੁਰਵਾਨੀ ਦੇ ਵਿੱਚ ਕੁਝ ਮਾੜਾ ਆਪ ਗਲਤ ਨਾ ਆਪ ਇਧਰ ਹੋ ਜਿਆ ਹੋਵੇ ਮਤਲਬ ਉਹਦਾ ਕੰਪੈਨਟ ਆ ਕਿ ਗੱਲ ਦਾ ਜਵਾਬ ਦਿਓ ਗੁੱਸੇ ਨਾ ਹੋਵੇ ਫਿਰ ਉਹ ਕਹਿੰਦੇ ਵੀ ਆਓ ਬੈਠ ਕੇ ਆਪਾਂ ਵਿਚਾਰ ਕਰੀਏ ਹੂੰ ਹੂੰ ਆਪਾਂ ਚਰਚਾ ਕਰੀਏ ਚਰਚਾ ਦੇ ਵਿੱਚ ਖੁੱਲ ਕੇ ਵਿਚਾਰ ਵਟਾਂਦਰਾ ਕਰੀਏ ਵਿਚਾਰ ਵਟਾਂਦਰੇ ਦੇ ਵਿੱਚ ਕੁੜਤ ਨਹੀਂ ਹੋਣੀ ਚਾਹੀਦੀ ਜੀ ਵਿਚਾਰ ਵਟਾਂਦਰੇ ਦੇ ਵਿੱਚ ਇੱਕ ਦੂਜੇ ਦੇ ਜਿਹੜੇ ਗੁਣਾ ਔਗਣਾ ਦੀ ਗੱਲ ਹੋਣੀ ਚਾਹੀਦੀ ਹੈ ਜੀ ਕ੍ਰਿਟਿਸਿਜ਼ਮ ਹੋਣਾ ਚਾਹੀਦਾ ਸੈਲਫ ਕ੍ਰਿਟਿਸਿਜ਼ਮ ਹੋਣਾ ਚਾਹੀਦਾ ਇਹਦੇ ਵਿੱਚ ਜਿਹੜੀ ਇੱਕ ਚੰਗੀ ਜਿਹੜੀ ਹੈ ਸੋਚ ਨਿਕਲ ਕੇ ਆਵੇ ਤੇ ਉਹ ਲੋਕਾਂ ਦੇ ਭਲੇ ਵਾਸਤੇ ਇਸਤੇਮਾਲ ਕੀਤੀ ਜਾਵੇ ਜੀ ਇਹ ਗੱਲ ਕਹਿ ਰਿਹਾ ਮਾਲਵਿੰਦਰ ਸਿੰਘ ਮਾਲੀ ਹਮਮ ਲੇਕਿਨ ਜਿੱਥੋਂ ਤੱਕ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੀ ਅਗਲੀ ਗੱਲ ਵੀ ਇਹ ਜੀ ਉਹ ਫੈਡਰਲ ਢਾਂਚੇ ਦੇ ਮਦਈ ਹੈ ਜੀ ਉਹ ਇਸ ਗੱਲ ਦੇ ਵੀ ਹੱਕ ਵਿੱਚ ਹੈ ਕਿ ਜੇ ਪੰਜਾਬ ਦੇ ਸਿਰ 3 ਲੱਖ ਕਰੋੜ ਰੁਪਇਆ ਕਰਜ਼ਾ ਚੜਿਆ ਹੋਇਆ ਇਸ ਕਰਜ਼ੇ ਦਾ ਜ਼ਿੰਮੇਵਾਰ ਕੌਣ ਹੈ ਕਰਜ਼ਾ ਕਿਵੇਂ ਚੜਿਆ ਇਹ ਕਮੀਆਂ ਕਸ਼ੀਆਂ ਕਿੱਥੇ ਕਿੱਥੇ ਆ ਕਿੱਥੇ ਕਿੱਥੇ ਜੜੀ ਹੈਗੀ ਹੈ ਮੋਰੀਆਂ ਨਿਕਲੀਆਂ ਵੀ ਹੈ ਹੂੰ ਹੂੰ ਖੇਤ ਨੂੰ ਪਾਣੀ ਲਾਉਣੇ ਆਪਾਂ ਖਾਲਾ ਹੁੰਦਾ ਹੈ ਐਂਡ ਅੰਦਰ ਉਸ ਤੇ ਪਾਣੀ ਪਹੁੰਚਦਾ ਨਹੀਂ ਲੇਕਿਨ ਪਿਛਾਂ ਜਿਹੜੀਆਂ ਚੂਹਿਆਂ ਦੀਆਂ ਮੋਰੀਆਂ ਐ ਚੂਹਿਆਂ ਨੇ ਮੋਰੀਆਂ ਕੀਤੀਆਂ ਉਹਦੇ ਨਾਲ ਪਾਣੀ ਪਿਛਾਂ ਟੁੱਟ ਜਾਂਦਾ ਉਹ ਕਹਿੰਦਾ ਪਾਣੀ ਦੀਆਂ ਮੋਰੀਆਂ ਬੰਦ ਕਰੋ ਜੀ ਖਾਲ ਦੀਆਂ ਮੋਰੀਆਂ ਬੰਦ ਕਰੋ ਜਿਹੜਾ ਪੈਸਾ ਨਿਕਲ ਕੇ ਲੀਡਰਾਂ ਦੀਆਂ ਜੇਬਾਂ ਚ ਜਾਂਦਾ ਜਾਂ ਅਫਸਰਾਂ ਦੀਆਂ ਜੇਬਾਂ ਜਾਂਦਾ ਉਹਨੂੰ ਰੋਕੋ ਜੀ ਪਰ ਜਿਹਦਾ ਨੇੜੇ ਸਭ ਕਹੀ ਹੁਣ ਜੂ ਫੈਡਰਲ ਟੈਂਚ ਦੀ ਗੱਲ ਹੋ ਗਈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕੀ ਫੈਡਰਲ ਟੈਂਚ ਦੇ ਹੱਕ ਵਿੱਚ ਹੈ ਕਾਂਗਰਸ ਪਾਰਟੀ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ ਹਮਮ ਨੈਸ਼ਨਲ ਪਾਰਟੀਆਂ ਦੀ ਸੋਚ ਜਿਹੜੀ ਹੈ ਉਸ ਕੇਂਦਰੀਕਰਨ ਜੀ ਸੈਂਟਰਲਾਈਜ਼ਡ ਆ ਉਹ ਕਹਿੰਦੇ ਸਾਰੀਆਂ ਪਾਵਰਾਂ ਸਾਡੇ ਕੋਲੇ ਹੋਣੀਆਂ ਚਾਹੀਦੀਆਂ ਹਮ ਹਮ ਅਜੇ ਤੱਕ ਕਾਂਗਰਸ ਪਾਰਟੀ ਦੇ ਵਿੱਚ ਪ੍ਰੋਪਰਚੁਨਤਾ ਹੋਈ ਨਹੀਂ ਹੋਈ ਨਹੀਂ ਹੋਈ ਨਹੀਂ ਉਹ ਤਾਂ ਕਿਤੇ ਜੇ ਆਪਾਂ ਦੇਖੀਏ 23 ਜਿਹੜਾ ਗਰੁੱਪ 23 ਹੈ ਗਰੁੱਪ 23 ਨੇ ਕੀ ਕਹਿਆ ਸੀ ਸੋਨੀਆ ਗਾਂਧੀ ਨੂੰ ਹਮ ਹਮ ਗਰੁੱਪ 23 ਨੇ ਇਹੀ ਕਹਿਿਆ ਸੀ ਕਿ ਚਲੋ ਤੁਸੀਂ ਪ੍ਰਧਾਨ ਰਹਿ ਪੋ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾ ਦਿਓ ਜੀ 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 ਘੱਟੋ ਘੱਟ ਵਰਕਿੰਗ ਕਮੇਟੀ ਦੀਆਂ ਚੋਣਾਂ ਦਾ ਕਰਵਾ ਲਓ ਹਮ ਹਮ ਤੇ ਬਹਾਨਾ ਕੋਈ ਨਾ ਕੋਈ ਬਹਾਨਾ ਕੋਈ ਨਾ ਕੋਈ ਅਜੇ ਤੱਕ ਵਰਕਿੰਗ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ ਮੈਂ ਬਹੁਤ ਛੋਟੇ ਹੁੰਦੇ ਨੇ ਦੇਖਿਆ ਕਿ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਜਿਹੜੀ ਐ ਇੱਕ ਇੱਕ ਆਨੇ ਦੀ ਪਰਚੀ ਤੇ ਹੁੰਦੀ ਸੀ ਜੀ ਫਿਰ ਵੱਧ ਕੇ ਰੁਪਏ ਤੇ ਹੋ ਗਈ ਹੁਣ ਤਾਂ ਪਤਾ ਨਹੀਂ ਕਿੰਨੀ ਕ ਹੈ ਹੂੰ ਹੂੰ ਉਦੋਂ ਜਿਹੜੀਆਂ ਪਰਚੀਆਂ ਹੁੰਦੀਆਂ ਸੀ 25ਆਂ ਦੇ ਮਗਰ ਇੱਕ ਡੈਲੀਗੇਟ ਚੁਣਿਆ ਜਾਂਦਾ ਸੀ ਅੱਛਾ ਜੀ ਉਹਨਾਂ ਡੈਲੀਗੇਟਾਂ ਵੱਲੋਂ ਪਿੰਡਾਂ ਦੇ ਵਿੱਚ ਚੋਣਾਂ ਹੁੰਦੀਆਂ ਸੀ ਹੂੰ ਹੂੰ ਔਰ ਮੈਂ ਉਹਨਾਂ ਚੋਂ ਨਾਲ ਤੁਹਾਨੂੰ ਇੱਕੋ ਇੱਕ ਮਿਸਾਲ ਦਿੰਨਾ ਕਿ ਕਿਹੜੀ ਵੱਡੀ ਐ ਸਰਦਾਰ ਤਰਲੋਚਨ ਸਿੰਘ ਰਿਆਸਤੀ ਜੀ ਕਿੱਡਾ ਵੱਡਾ ਬੰਦਾ ਸੀ ਸਰਦਾਰ ਤਰਲੋਚਨ ਸਿੰਘ ਰਿਆਸਤੀ ਨੇ ਸਾਂਝੇ ਜ਼ਿਲ੍ਹੇ ਦੀ ਬਠਿੰਡੇ ਦੀ ਚੋਣ ਲੜੀ ਹੂੰ ਹੂੰ ਉਦੋਂ ਬਠਿੰਡਾ ਮਾਨਸਾ ਫਰੀਦਕੋਟ ਇੱਕੋ ਜ਼ਿਲ੍ਹਾ ਹੁੰਦਾ ਸੀ ਜੀ ਉਹਨਾਂ ਦੇ ਮੁਕਾਬਲੇ ਤੇ ਬਿਲਕੁਲ ਜਿਵੇਂ ਜਿਉਂ ਆਪਾਂ ਆਟੇ ਸ਼ੱਕ ਕਹਿ ਦਈਏ ਜ ਜਿਹਦੀ ਜੇਬ ਦੇ ਵਿੱਚ ਮਤਲਬ ਚਾਹ ਪੀਣ ਜੋ ਕਰੇ ਪੈਸੇ ਵੀ ਹੈ ਨਹੀਂ ਸੀ ਜੀ ਉਹ ਸੀ ਸਰਬਨ ਸਿੰਘ ਵੀਰ ਉਹਨੂੰ ਖੜਾ ਕਰਤਾ ਔਰ ਬੋਟਾਂ ਪਈਆਂ ਹਮ ਹਮ ਇੱਕ ਪਾਵਰਫੁੱਲ ਬੰਦੇ ਨੂੰ ਪੈਸੇ ਵਾਲੇ ਬੰਦੇ ਨੂੰ ਸਰਬਨ ਸਿੰਘ ਵੀਰ ਜਿਹੜਾ ਮੁਕੰਮਲ ਮੁਲੰਗ ਬੰਦਾ ਸੀ ਉਹਨੇ ਉਹਨੂੰ ਹਰਾਤਾ ਸੀ ਇਹਨੂੰ ਅਸੀਂ ਡੈਮੋਕ੍ਰੇਸੀ ਕਹਾਂਗੇ ਹੁਣ ਤਾਂ ਡੈਮੋਕ੍ਰੇਸੀ ਘਤਮੇ ਮੋਰ ਓਵਰ ਦੀ ਆਪਾਂ ਗੱਲ ਕੀ ਕ腐ਸ਼ਨ ਦੀ ਗੱਲ ਹਮ ਹਮ ਕਿ ਹਾਂ ਪੈਸਾ ਕਿ ਤੋਂ ਹੈ ਪੈਸਾ ਕੱਲਾ ਜੀ ਕਹਿੰਗੇ ਇੱਥੋਂ ਵਾਲੇ ਲੀਡਰ ਨਹੀਂ ਪੈਸਾ ਦਿੱਲੀ ਵਾਲੇ ਵੀ ਮੰਗਦੇ ਮੰਗਦੇ ਬਿਲਕੁਲ ਉਹ ਦਿੱਲੀ ਵਾਲਿਆਂ ਕੋਲੇ ਵੀ ਆਂਦਾ ਮਤਲਬ ਸੋਚ ਜਿਹੜੀ ਹੈਗੀ ਹੈ ਜਿਹੜੀ ਮਾਲੀ ਸਾਹਿਬ ਦੀ ਸੋਚ ਹੈ ਤੇ ਜਿਹੜੀ ਕਾਂਗਰਸ ਪਾਰਟੀ ਦੇ ਐਕਸ਼ਨ ਹੈ ਹੂੰ ਹੂੰ ਜਾਂ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਲੋੜਾਂ ਹੈ ਜਿਹੜੀਆਂ ਨੀਤੀਆਂ ਉਹ ਨੀਤੀਆਂ ਉਹਦੇ ਨਾਲ ਮੇਲ ਨਹੀਂ ਖਾਂਦੀਆਂ ਇਸ ਕਰਕੇ ਇਹੋ ਜਿਹਾ ਬੰਦਾ ਬਾਲਾ ਲੰਬਾ ਸਮਾਂ ਕੱਟ ਨਹੀਂ ਸਕਦਾ ਹੁੰਦਾ ਉਹਨੇ ਪਹਿਲੇ ਦਿਨ ਹੀ ਕਹਿੰਦਾ ਸੀ ਕਿ ਮੈਂ ਕਦੇ ਕਾਂਗਰਸ ਪਾਰਟੀ ਦਾ ਮੈਂਬਰ ਨਹੀਂ ਰਿਹਾ ਨਹੀਂ ਰਿਹਾ ਸਰਵਿਸ ਦੇ ਵਿੱਚ ਹੁੰਦਾ ਤੁਹਾਡੇ ਨਾਲ ਇੰਟਰਵਿਊ ਕੀਤੀ ਸਰਵਿਸ ਦੇ ਵਿੱਚ ਹੁੰਦੇ ਆ ਉਹ ਕਹਿੰਦਾ ਮੈਂ ਟੀਚਰ ਸੀ ਉਸ ਦੇ ਅਭસર ਦੇ ਤੌਰ ਦੇ ਉੱਤੇ মিডিਆ ਐਡਵਾਈਜ਼ਰ ਜਿਹੜੇ ਸੀਗੇ ਕੈਪਟਨ ਅਮਰਿੰਦਰ ਸਿੰਘ ਦੇ ਉਹਨਾਂ ਨਾਲ ਨਿਯੁਕਤ ਕਰਤਾ ਜੀ ਸਰਕਾਰ ਬਦਲ ਗਈ ਬਾਅਦ ਦੇ ਵਿੱਚ ਬਾਦਲ ਸਾਹਿਬ ਆ ਗਏ ਤੇ ਬਾਦਲ ਸਾਹਿਬ ਦੇ মিডিਆ ਐਡਵਾਈਜ਼ਰ ਨਾਲ ਉਹਨਾਂ ਨਾਲ ਵੀ ਮੈਨੂੰ ਲਾਤਾ ਸੀ ਪਰ ਉਹ ਕਹਿੰਦੇ ਮੈਂ ਕਦੇ ਮੀਟਿੰਗ ਦੇ ਵਿੱਚ ਨਹੀਂ ਗਿਆ ਹਮਮ ਗੱਲ ਮੈਂ ਆਪਣੀ ਕਹਿਣੀ ਹੈ ਤੇ ਸੋਚਣ ਜੀ ਨੇ ਆਪਣਾ ਐਡਵਾਈਜ਼ਰ ਬਣਾਇਆ ਐ ਐਡਵਾਈਜ਼ਰ ਬਣਾਉਣ ਵਾਲੇ ਨੂੰ ਦੇਖਣਾ ਚਾਹੀਦਾ ਸੀ ਭਾਈ ਮੇਰੀ ਜਿਹੜੀ ਕਿਉਂਕਿ ਹੁਣ ਕਈ ਚੀਜ਼ਾਂ ਆ ਉਹ ਕਹਿੰਦੇ ਜੀ ਅਸੀਂ ਆਜ਼ਾਦ ਬੋਲਦੇ ਹਾਂ ਮਾਲੀ ਸਭ ਦੇ ਲਈ ਪਹਿਲਾਂ ਆਜ਼ਾਦ ਬੋਲਦੇ ਸੀ ਪਰ ਹੁਣ ਤਾਂ ਗੱਲ ਜਿਉ ਬੋਲੋਗੇ ਤਾਂ ਉਹ ਨਾਲ ਅਟੈਚ ਹੋਊ। ਉਹ ਹੈ ਨਾ ਵੀ ਕਿਉਂਕਿ ਉਹ ਜਦੋਂ ਆਜ਼ਾਦ ਬੰਦਾ ਬੋਲਦਾ ਆਜ਼ਾਦ ਲਿਖਦਾ ਬੋਲਦਾ ਉਦੋਂ ਮਾਲਵਿੰਦਰ ਸਿੰਘ ਮਾਲੀ ਦੇ ਤੌਰ 'ਤੇ ਬੋਲਦਾ ਹੈ। ਹੁਣ ਮਾਲਵਿੰਦਰ ਸਿੰਘ ਮਾਲੀ ਦੀ ਪਛਾਣ ਇਹ ਵੀ ਬਣ ਗਈ ਹੈ ਨੇ ਕਿ ਉਹ ਕਾਂਗਰਸ ਪਾਰਟੀ ਦੇ ਸਲਾਹਕਾਰ ਹੈ। ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਸਲਾਹਕਾਰ ਆ ਭਾਵੇਂ ਉਹ ਨਹੀਂ ਜੀ ਹੈ ਸੀਚੋ ਕਾਂਗਰਸ ਪਾਰਟੀ ਦੇ ਮੈਂਬਰ ਨਹੀਂ। ਹੂੰ ਹੂੰ। ਉਹਨਾਂ ਦੀਆਂ ਖਬਰਾਂ ਜੇ ਪ੍ਰਮੁੱਖ ਬੰਨਿਆ ਦੇ ਉੱਪਰ ਲੱਗਦੀਆਂ ਲੱਗਦੀਆਂ ਤਾਂ ਪਹਿਲਾਂ ਵੀ ਸੀ ਪਹਿਲਾਂ ਅੰਦਰ ਲੱਗਦੀ ਸੀ ਹੁਣ ਪ੍ਰਮੁੱਖ ਬਣਨੇ ਲੱਗਦੀਆਂ ਉਹ ਇਸ ਕਰਕੇ ਲੱਗਦੀਆਂ ਨਾ ਵੀ ਉਹ ਜਿਹੜੇ ਹੈਗੇ ਤੁਹਾਡੇ ਉਹਨਾਂ ਦੇ ਐਡਵਾਈਜ਼ਰ ਹੈ ਔਰ ਉਹ ਟੀਵੀ ਚੈਨਲਾਂ ਦੇ ਉੱਤੇ ਵੀ ਉਹਨਾਂ ਦੇ ਉੱਤੇ ਜਿਵੇਂ ਐਸਾ ਹੁੰਦੀ ਹੈ ਤਾਂ ਇਸ ਕਰਕੇ ਇਸ ਲਈ ਮੈਂ ਤਾਂ ਉਹਨੂੰ ਕਿਹਾ ਸੀ ਕਿ ਮੇਲ ਲਿਖਾਦਾ ਜਦੋਂ ਸੋਚਦਾ ਮੇਲ ਨਾ ਖਾਂਦਾ ਹੋਵੇ ਇੱਕ ਮਿਆਂ ਚ ਦੋ ਤਲਵਾਰਾਂ ਨਹੀਂ ਪੈਂਦੀਆਂ ਉਹਦੀਆਂ ਇੱਕ ਸਿਰੇ ਦਾ ਡੈਮੋਕ੍ਰੈਟਿਕ ਹੈ ਜੀ ਦੂਜੇ ਸਿਰੇ ਦੇ ਜਿਹੜੇ ਹੈਗੇ ਆ ਜਿਹੜੀ ਪਾਰਟੀ ਦੇ ਵਿੱਚੋਂ ਗਏ ਹੈ ਉੱਥੇ ਜਿਹੜੀ ਇਕਾਧਕਾਰਵਾਦ ਹੈ ਔਰ ਇੱਕ ਬੰਦਾ ਜਿਹੜਾ ਫੈਡਰਲ ਢਾਂਚੇ ਦਾ ਮਦਈ ਹੈ ਜਿਹੜਾ ਕਹਿੰਦਾ ਜੀ ਇਹਨ ਸਾਰੇ ਥਾਵਾਂ ਦੇ ਉੱਤੇ ਮਤਲਬ ਜਿਹੜੇ ਹੈਗੇ ਪਾਵਰਾਂ ਪੱਧ ਮਿਲੀਆਂ ਚਾਹੀਦੀਆਂ ਆਤਮ ਨਿਰਣੇ ਦੀ ਵੀ ਗੱਲ ਕਰਦੇ ਉਹਨਾਂ ਨੇ ਕਸ਼ਮੀਰ ਦੀ ਗੱਲ ਕੀਤੀ ਮੈਂ ਠੀਕ ਐ ਇਸ ਗੱਲ ਨਾਲ ਸਹਿਮਤ ਕਿ ਕਸ਼ਮੀਰ ਜਦੋਂ ਭਾਰਤ ਆਜ਼ਾਦ ਹੋਇਆ ਉਹਦੋਂ ਕਸ਼ਮੀਰ ਨੂੰ ਆਜ਼ਾਦ ਛੱਡਤਾ ਸੀ ਬਾਅਦ ਦੇ ਵਿੱਚ ਰਲੇਮਾ ਹੁੰਦਾ ਹੁਣ ਕਾਂਗਰਸ ਪਾਰਟੀ ਵੀ ਕਹਿੰਦੀ ਹੈ ਕਸ਼ਮੀਰ ਭਾਰਤ ਦਾ ਉਹ ਟੁੱਟਾਂਗਾ ਤੇ ਭਾਜਪਾ ਵੀ ਕਹਿੰਦੀ ਹੈ ਭਾਰਤ ਦਾ ਟੁੱਟਾਂਗਾ ਹੈਗੀ ਹੈਗੀ ਤੇ ਜਦੋਂ ਮਾਲੀ ਸਾਹਿਬ ਕਹਿੰਦੀ ਹੈ ਵੀ ਨਹੀਂ ਜੀ ਇਹ ਤਾਂ ਕਬਜ਼ਾ ਕੀਤਾ ਹੋਇਆ ਹੈ ਭਾਰਤ ਨੇ অর ਉਹਨਾਂ ਦਾ ਤਰਕ ਵੀ ਠੀਕ ਹੈ ਕਿ ਜੇ ਕਬਜ਼ਾ ਨਾ ਕੀਤਾ ਹੁੰਦਾ ਰਲੇਮਾ ਨਾ ਹੋਇਆ ਹੁੰਦਾ ਹੋਇਆ ਤਾਂ ਰਲੇਮੇ ਫਿਰ ਧਾਰਾ 370 ਵੀ ਜੋੜਨ ਦੀ ਕੀ ਲੋੜ ਸੀ ਤੇ 35A ਵੀ ਕਿੱਥੋਂ ਆਉਂਦੀ ਸੀ ਇਸ ਕਰਕੇ ਸਾਹਣੇ ਅਸਲ ਵਿੱਚ ਦਿਖਦਾ ਹੀ ਸੀ ਹੁਣ ਇਹ ਗੱਲ ਵੱਧ ਗਈ ਵਾਵਾ ਵੱਢੀ ਵੱਵਾ ਵੱਢ ਗਈ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਉਹਨਾਂ ਨੇ ਇਹ ਜਾ ਕੁਝ ਕੀਤਾ ਉਦੋਂ ਡਾਕਟਰ ਪਿਆਰੇ ਲਾਲ ਗੜਕਾ ਡਾਕਟਰ ਪਿਆਰੇ ਲਾਲ ਗੜਕਾ ਆਪਣੇ profession ਦੇ ਵਿੱਚ ਬੜਾ ਕਾਮਯਾਬ ਬੰਦਾ ਹੋਇਆ ਹੈ। ਹਮ 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 ਇਮਾਨਦਾਰ ਆਦਮੀ ਹੈ। ਉਹਨੇ ਥੋੜੇ ਥੋੜੇ ਪੈਸੇ ਨਾਲ ਵੱਡੇ ਵੱਡੇ ਕੰਮ ਕੀਤੇ ਵੀ ਹੈ। ਕੋਈ ਬੰਦਾ ਉਹਨਾਂ ਦੀ ਇਮਾਨਦਾਰੀ ਤੇ ਉਂਗਲ ਨਹੀਂ ਉਠ ਸਕਦਾ ਬੇਬਾਕ ਹੈ ਜੀ ਸੈਕੂਲਰ ਬੰਦਾ ਸਿਰੇ ਦਾ ਹਮਮ ਇੱਕ ਮਤਲਬ ਹਿੰਦੂ ਪਰਿਵਾਰ ਦੇ ਵਿੱਚ ਪੈਦਾ ਹੋਣ ਦੇ ਬਾਵਜੂਦ ਜੀ ਜਦੋਂ ਸਿੱਖ ਭਾਈਚਾਰੇ ਦੇ ਨਾਲ ਜਿਆਤੀਆਂ ਹੁੰਦੀਆਂ ਉਹਨਾਂ ਦੇ ਉੱਤੇ ਵੀ ਗੱਲ ਖੜਕਾ ਕੇ ਖੜਕਾ ਕੇ ਕਰਦਾ ਹੈ ਜੀ ਜੀ ਉਹ ਖੜਕਾ ਕੇ ਕਰਨ ਵਾਲਾ ਬੰਦਾ ਹੁਣ ਗੱਲ ਉਹਨੇ ਵੀ ਆਪ ਦੀ ਕਹੀ ਇੱਥੇ ਹੁਣ ਪੰਗਾ ਪੈ ਗਿਆ ਹਮਮ ਕਿਉਂਕਿ ਕਾਂਗਰਸ ਦੀ ਜਿਹੜੀ ਹੈਗੀ ਆ ਵਿਚਾਰਧਾਰਾ ਤਾਂ ਨਹੀਂ ਕਮਾਂ ਗਿਆ ਪਰ ਜਿਹੜੀ ਕਾਂਗਰਸ ਦੀ ਨੀਤ ਤੇ ਨੀਤੀ ਹੈ ਉਹਦੇ ਨਾਲ ਇਹਨਾਂ ਦਾ ਟਕਰਾ ਪੈਂਦਾ ਹਮਮ ਹਮ ਹਮ ਕੈਪਟਨ ਮੇਰਿੰਦਰ ਸਿੰਘ ਨੇ ਕਹਿੰਦਾ ਜੀ ਤੁਸੀਂ ਸਿਰ ਪਾਕਿਸਤਾਨ ਦੇ ਮੁੱਦੇ ਤੇ ਜਿਹੜੀ ਉਹਨਾਂ ਨੇ ਕਹੀ ਸੀ ਤਸਵੀਰਾਂ ਦੇ ਉੱਤੇ ਕੱਲ ਭਾਵੇਂ ਬੁਲਾ ਲਿਆ ਨਵਜੂਦ ਸਿੰਘ ਸਿੱਧੂ ਨੇ ਬੁਲਾ ਕੇ ਉਹਨਾਂ ਨੇ ਗੱਲਬਾਤ ਕੀਤੀ 4 ਘੰਟਿਆਂ ਦੀ ਮੀਟਿੰਗ ਹੋਈ ਹੈ 4 ਘੰਟਿਆਂ ਦੀ ਮੀਟਿੰਗ ਤੋਂ ਬਾਅਦ ਸ਼ਾਮ ਨੂੰ ਬਾਹਰ ਨਿਕਲ ਕੇ ਤਾਂ ਹਲੇ ਜਿਹੜੀ ਪ੍ਰੈਸ ਵਾਲਿਆਂ ਨਾਲ ਗੱਲ ਕੀਤੀ ਉਹਨਾਂ ਨੇ ਕਹਿ ਦਈਏ ਇਹ ਸੰਵਾਦ ਵਾਲੀ ਗੱਲ ਹੈ ਸਾਡੇ ਤੇ ਜੇ ਕੋਈ ਨੁਕਤਾ ਚ ਨਹੀਂ ਕਰਦਾ ਕਰੀ ਜਾ ਵੀ ਕੋਈ ਖਾਸ ਗੱਲ ਨਹੀਂ ਅਸੀਂ ਤਾਂ ਉਹਨੂੰ ਪ੍ਰਵਾਨ ਕਰਦੇ ਹਾਂ ਸਾਡੀ ਗੱਲ ਸੁਣੋ ਸਾਡੇ ਦੇ ਵੀ ਕਰੋ ਅਸੀਂ ਵੀ ਇੱਚ ਕੁਝ ਸਿੱਖਾਂਗੇ ਸਖਾਵਾਂਗੇ ਅਸੀਂ ਆਪਣੇ ਆਜ਼ਾਦ ਪਰ ਰਾਤ ਹੁੰਦੇ ਹੁੰਦੇ ਤੇ ਫਿਰ ਪਰਕਾਟੇ ਪੈਟੇ ਪਰਕਾਟੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਜ਼ਿੰਦਗੀ ਦੀਆਂ ਵੀ ਜਿਹੜੀਆਂ ਪਰਤਾਂ ਖੋਲ੍ਹਤੀਆਂ ਹਾਂ ਹਾਂ ਉਹਦੇ ਵਿੱਚ ਬੜਾ ਕੁਝ ਕਹਿ ਦਿੱਤਾ ਬੜੀਆਂ ਤਸਵੀਰਾਂ ਵੀ ਲਾਤੀਆਂ ਕੁਝ ਕੁਸ਼ੇਜ ਦੇ ਹੁੰਦੇ ਜਿਹੜਾ ਆਪਾਂ ਔਨ 에ਅਰ ਨਹੀਂ ਕਰ ਸਕਦੇ ਨਹੀਂ ਕਹਿ ਸਕਦੇ ਹਨ ਉਹ ਸਾਰਾ ਕੁਝ ਕਹਿ ਦਿੱਤਾ ਸੋ ਹੁਣ ਉਹ ਜਿਹੜਾ ਹੈਗਾ ਰਫੜ ਬਾਵਾ ਵੱਧ ਗਿਆ ਹੂੰ ਹੂੰ ਤੇ ਦਾਨੇ ਵਾਲੀ ਸਭ ਮੈਚ ਵੈਸੇ ਪਹਿਲੇ ਦੇਣੀ ਕਹਿ ਦਿੱਤਾ ਸੀ ਕਿ ਜਿਹੜੇ ਇਸ ਮਕਾਮ ਦੇ ਤੇ ਠੀਕ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਜਿਹੜੀ ਹੈਗੀ ਹੈ ਉਹ ਕਾਰਗੁਜ਼ਾਰੀ ਜਿਹੜੀ ਹੈਗੀ ਆ ਉਹ 2002 ਤੋਂ ਲੈ ਕੇ 7 ਵਾਲੀ ਨਹੀਂ ਰਹੀ ਨਹੀਂ ਉਹ ਤਾਂ ਬੋਧੂ ਵੀ ਮਾਈਨਸ ਈ ਹੈ ਪਰਫਾਰਮੈਂਸ ਜਿਹੜੀ ਹੈਗੀ ਇਹ ਬਹੁਤ ਮਾੜੀ ਹੈ ਇਹ ਗੱਲ ਜਿਹੜੀ ਹੈਗੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਅੱਖਾਂ ਬੀਚ ਕੇ ਸੁੱਤੀ ਕਿਉਂ ਪਈ ਸੀ ਹੂੰ ਹੂੰ ਜਦੋਂ ਲੰਬੀਆਂ ਤਾਣ ਕੇ ਸੁੱਤੀ ਪਈ ਸੀ 2 ਸਾਲ ਪਹਿਲਾਂ ਦੇਖਦੇ ਜੀ ਜੀ ਗੱਲ ਤਾਂ ਉਸ ਦਿਨ ਤੋਂ ਹੀ ਹੈ ਜਦੋਂ ਉਹਨਾਂ ਨੇ ਜਿਹੜਾ ਮੈਨੀਫੈਸਟੋ ਬਣਾਇਆ ਸੀ ਮਨਪ੍ਰੀਤ ਸਿੰਘ ਬਾਦਲ ਨੇ ਹੂੰ ਹੂੰ ਔਰ ਉਹ ਕਹਿੰਦੇ ਸੀ ਇਸ ਮਨ ਇਸ ਮੈਨੀਫੈਸਟੋ 'ਤੇ ਮੋਰ ਲਾਈ ਹੈ ਡਾਕਟਰ ਮਰਮੂਨ ਸਿੰਘ ਹੋਰਾਨੀ ਜੀ ਔਰ ਉਹ ਮੈਨੀਫੈਸਟ ਹੁੰਦੀ ਜੇ ਲੋੜ ਪੂਰੀ ਨਹੀਂ ਹੁੰਦੀ ਸੀ ਕਿ ਦਿੱਲੀ ਵਾਲਿਆਂ ਨੂੰ ਪਤਾ ਨਹੀਂ ਸੀ ਇੱਥੇ ਇਨਚਾਰਜ ਲਾ ਲਾ ਕੇ ਭੇਜਦੇ ਮੁਖਤਿਆਰ ਬਣਾ ਕੇ ਭੇਜਦੇ ਆਪਦੀ ਉਹਨਾਂ ਮੁਖਤਿਆਰਾਂ ਨੂੰ ਕੋਈ ਪਤਾ ਨਹੀਂ ਲੱਗਦਾ ਵੀ ਇਹ ਹੋਈ ਕੀ ਜਾਂਦਾ ਜੀ ਇਹ ਗੱਲ ਕਰਨੀ ਸੀ ਤਾਂ ਇਹ 2 ਸਾਲ ਪਹਿਲਾਂ ਕਰਨੀ ਸੀ ਹੁਣ ਜਦੋਂ ਉਹਨਾਂ ਨੇ ਆ ਕੇ ਆ ਚੱਕਥਲ ਕਰਨ ਲੱਗੇ ਆ ਚੱਕਥਲ ਬੂਹੇ ਆ ਗਈ ਜਨ ਬਿੰਨੂ ਕੁੜੀ ਦੀ ਕੁੜੀ ਦੇ ਕੰਨ ਤੇ ਆ ਗਈ ਇਲੈਕਸ਼ਨ ਔਰ ਇਹ ਜਿਹੜੀ ਜਿਹੜੀ ਚੱਕਥਲ ਹੋ ਰਹੀ ਹੈ ਇਸ ਚੱਕਥਲ ਦੇ ਵਿੱਚੋਂ ਵਿਰੋਧੀ ਧਿਰ ਵਾਸਤੇ ਸਪੇਸ ਜਿਹੜਾ ਹੈਗਾ ਉਹ ਪ੍ਰੋਵਾਈਡ ਕੀਤਾ ਪ੍ਰੋਵਾਈਡ ਕੀਤਾ ਜਾਏ ਉਹ ਪ੍ਰੋਵਾਈਡ ਕੀਤਾ ਜਾ ਰਿਹਾ ਇਹ ਕਹਿੰਦੇ ਤਾਂ ਇਹਨੂੰ ਵੀ ਕਾਂਗਰਸ ਪਾਰਟੀ ਦੁਬਾਰਾ ਪਾਵਰ ਚ ਲੈ ਕੇ ਆਉਣ ਦੇ ਸੀ ਯਤਨ ਕਰਦੇ ਆ ਮੇਰਾ ਖਿਆਲ ਆ ਵੀ ਜਿੰਨਾ ਖਲਾਰਾ ਪੈ ਗਿਆ ਹੈ ਤੇ ਵਿਰੋਧੀਆਂ ਨੂੰ ਤਾਂ ਕੋਈ ਕੁਝ ਕਰਨ ਦੀ ਲੋੜ ਹੀ ਨਹੀਂ ਗਈ ਇਹਨਾਂ ਦੇ ਆਪਣੇ ਆਪ ਹੀ ਇੱਕ ਦੂਜੇ ਦੀਆਂ ਜਨੂ ਉਹਨੂੰ ਉਹਨੂੰ ਉਹਦਾ ਢੰਗਾ ਕਰੀ ਜਾਂਦੇ ਬਿਲਕੁਲ ਬਿਲਕੁਲ ਠੀਕ ਹੈ ਇਸ ਕਰਕੇ ਜਿਹੜਾ ਹੈਗਾ ਐ ਚੱਲਦਾ ਹੈਗਾ ਮੈਂ ਇਹ ਜੋੜ ਜਿਹੜੀ ਹਾਲਤ ਕਾਂਗਰਸ ਪਾਰਟੀ ਦੀ ਮੈਂ ਐ ਪਹਿਲਾਂ ਨਹੀਂ ਕਦੇ ਇਹ ਜੀ ਦੇਖੀ ਸੀ ਅਸੀਂ ਦੇਖੀ ਹੈ ਗੁੱਟਬੰਦੀ ਗੁੱਟਬੰਦੀ ਪ੍ਰਤਾਪ ਸਿੰਘ ਕੈਰੋ ਦੇ ਜਮਾਨੇ ਚ ਹੁੰਦੀ ਸੀ ਜੀ ਜੀ ਜਦੋਂ ਪ੍ਰਤਾਪ ਸਿੰਘ ਕੈਰੋ ਦੇ ਮੁਕਾਬਲੇ ਦੇ ਉੱਤੇ ਲਾਲਾ ਜਗਤ ਉਦੋਂ ਪ੍ਰਤਾਪ ਸਿੰਘ ਕੈਰੋ ਦੇ ਮੁਕਾਬਲੇ ਤੇ ਸਵਰਨ ਸਿੰਘ ਵਰਗੇ ਬੰਦੇ ਹੁੰਦੇ ਸੀਗੇ ਦਰਬਾਰਾ ਸਿੰਘ ਵਰਗੇ ਬੰਦੇ ਹੁੰਦੇ ਸੀ ਉਹ ਇੱਕ ਗਰੁੱਪ ਹੁੰਦੇ ਸੀ ਇਹ ਵੀ ਕਹੇ ਜਾਂਦਾ ਸੀ ਕਿ ਪ੍ਰਤਾਪ ਸਿੰਘ ਕੈਰੋ ਦੇ ਕਤਲ ਕਰਾਉਣ ਦੇ ਵਿੱਚ ਵੀ ਕਾਂਗਰਸ ਪਾਰਟੀ ਦੇ ਕੁਝ ਲੀਡਰਾਂ ਦਾ ਹੱਥ ਹੈ ਉਹ ਆਪਦੀ ਥਾਂ ਤੇ ਕਰ ਮੈਂ ਤਾਂ ਇਹ ਕੋਈ ਪ੍ਰੋਗਰਾਮ ਕੀਤਾ ਹੈ ਜਿਹੜਾ ਬੰਦਾ ਇਸ ਵੇਲੇ ਜਿਉਂਦਾ ਹੋਣੀ ਦੱਸਿਆ ਕਿ ਨਹੀਂ ਉਸ ਕਿਸਮ ਦੀ ਗੱਲ ਨਹੀਂ ਸੀ ਪਰ ਹੋ ਸਕਦਾ ਹੈ ਕਿ ਕਈ ਸੰਤ ਹਰਚੰਦ ਸਿੰਘ ਲੋਂਗੋਵਾਲ ਦਾ ਮਰਡਰ ਹੋਇਆ ਸੀ ਹੂੰ ਹੂੰ ਉਹਦੇ ਬਾਰੇ ਉਹ ਕਹਿੰਦੇ ਕਿ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਨਾਲ ਜਿਹੜਾ ਸਿਕਿਉਰਿਟੀ ਅਫਸਰ ਲਾਇਆ ਸੀ ਉਹਦਾ ਸਸਪੈਂਡ ਸੀ ਜੀ ਲੰਬੇ ਸਮੇਂ ਤੋਂ ਪਾਸੇ ਸੀ ਉਹਨੂੰ ਲਿਆ ਕੇ ਮਤਲਬ ਜਿਹੜਾ ਹੈਗਾ ਬਹਾਲ ਕਰਕੇ ਲਾਤਾ ਨਾਲ ਜਿਹੜਾ ਬੰਦਾ ਲੰਬਾ ਸਮਾਂ ਇੱਕ ਸਰਵਿਸ ਤੋਂ ਪਾਸੇ ਰਿਹਾ ਬੈ ਉਹਨੂੰ ਸਿਕਿਉਰਿਟੀ ਦਾ ਕੀ ਪਤਾ ਲੇਟੈਸਟ ਜਿਹੜੀ ਟ੍ਰੇਨਿੰਗ ਕਿ ਹੋਜੀ ਇਹ ਕਿਵੇਂ ਤੁਸੀਂ ਪ੍ਰੋਟੈਕਟਰ ਬੰਦੇ ਨੂੰ ਬਚਾਉਣਾ ਨਹੀਂ ਪਤਾ ਉਹ ਮਾਰੇ ਗਿਆ ਜੀ ਜੀ ਇਸ ਕਿਸਮੀਆਂ ਗੱਲਾਂ ਹੋ ਜਾਂਦੀਆਂ ਹੁੰਦੀਆਂ ਇਮ ਇਹ ਤੋਂ ਬਾਅਦ ਆਪਾਂ ਦਰਬਾਰਾ ਸਿੰਘ ਦਾ ਤੇ ਗਿਆਨੀ ਜੈਲ ਸਿੰਘ ਦਾ ਜੈਲ ਸਿੰਘ ਨੇ ਜੀ ਨੇ ਪੰਜਾਬ ਨੂੰ ਅੱਗ ਲਾਤੀ ਸੀ ਟਾਈਮ ਉਹਦੋਂ ਵੀ ਉਹਨਾਂ ਦੀ ਲੜਾਈ ਸੀ ਉਹਦੇ 'ਚ ਮਤਲਬ ਉਸ ਲੜਾਈ ਦੇ ਨਾਲ ਕਾਂਗਰਸ ਪਾਰਟੀ ਤਾਂ ਭਾਵੇਂ ਸੁਰੱਖਿਤ ਰਹਿ ਗਈ ਸੀ ਪੰਜਾਬ ਨੂੰ ਅੱਗ ਲੱਗੀ ਪੰਜਾਬ ਨੂੰ ਅੱਗ ਲੱਗ ਗਈ ਸੀ ਫਿਰ ਤੁਸੀਂ ਦੇਖੋ ਵੀ ਦਰਬਾਰਾ ਸਿੰਘ ਦਾ ਤੇ ਬੂਟਾ ਸਿੰਘ ਦੀ ਲੜਾਈ ਹੋ ਗਈ ਇਹ ਤੋਂ ਪਹਿਲਾਂ ਆਪਾਂ ਦੇਖੀ ਤਾਂ ਦਰਬਾਰਾ ਸਿੰਘ ਤੇ ਬੀਨ ਸਿੰਘ ਦੀ ਲੜਾਈ ਕਿ ਨਹੀਂ ਹੁੰਦੀ ਸੀ ਜੀ ਜੀ ਫਿਰ ਆਪਾਂ ਦੇਖੀਏ ਬੀਨ ਸਿੰਘ ਤੇ ਜਗਮੀਤ ਸਿੰਘ ਬਰਾੜ ਦਾ ਕਿੰਨਾ ਘਟੋੜ ਘਟੋੜ ਹੋਇਆ ਹੁਣ ਵੀ ਜਿਹੜੇ ਹੈਗੇ ਜਿਹੜੇ ਹੁਣ ਅੱਜ ਉਹਦੋਂ ਬਾਅਦ ਪੱਠਲ ਦਾ ਤੇ ਹਰਚਰਨ ਬਰਾੜ ਦਾ ਪੱ ਲੇਕਿਨ ਅੱਜ ਜਿਹੜੀ ਕਾਂਗਰਸ ਪਾਰਟੀ ਨੇ ਜਿਹੜੀ ਆਪਣੀ ਖੇਕ ਉਡਾਈ ਹੈ ਮੇਰਾ ਖਿਆਲ ਹੈ ਪਹਿਲਾਂ ਨਹੀਂ ਕਦੇ ਉੱਡੀ ਸੀ ਔਰ ਇਹਦੇ ਵਿੱਚ ਮੈਂ ਜਿੰਨਾ ਤੱਕ ਮੇਰੀ ਸਮਝ ਆਏ ਮੈਂ ਸਮਝਦਾ ਮੈਂ ਇਹਦੇ ਜ਼ਿੰਮੇਵਾਰ ਪੰਜਾਬ ਵਾਲਿਆਂ ਨਾਲੋਂ ਜ਼ਿਆਦਾ ਸੈਂਟਰ ਵਾਲੇ ਜੀ ਸੈਂਟਰ ਵਾਲਿਆਂ ਨੇ ਜਿਹੜੀ ਕਮਾਂਡ ਚਾਹੀਦੀ ਸੀ ਕਮਾਂਡ ਤਾਂ ਰਹੀ ਨਹੀਂ ਹੂੰ ਹੂੰ ਕਮਾਂਡ ਹੈ ਕੋਈ ਨਹੀਂ ਹਾਈ ਹੈ ਹੀ ਇਕੱਲੀ ਹਾਈ ਨੂੰ ਜੇਬ ਚ ਪਾ ਲੋ ਚਾਹੀ ਗੀਦੇ ਚ ਪਾ ਲੋ ਉਤਰੀ ਫਿਰਦੀ ਹੈ ਕਿਸੇ ਦਾ ਕੋਈ ਕੰਟਰੋਲ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੇਰੀ ਕੱਲ ਬੜੀ ਸਾਡੇ ਆਪਣੇ ਐਸਪੀ ਸ਼ਰਮਾ ਸਾਹਿਬ ਹੈ ਜੀ ਬੜੇ ਸੀਨੀਅਰ ਜਰਨਲਿਸਟ ਹੈਗੇ ਤੁਹਾਨੂੰ ਪਤਾ ਵੀ ਬੜੀ ਕੰਪੂਚੀਆਂ ਮੁਕਾਮਤ ਰਿਹਾ ਕੱਲ ਮੇਰੀ ਉਹਨਾਂ ਨਾਲ ਗੱਲ ਹੋਈ ਉਹ ਮੈਨੂੰ ਕਹਿੰਦੇ ਵੀ ਗੱਲ ਇਹ ਹੈ ਕਿ ਮੈਂ ਤਾਂ ਜਿਹੜਾ ਹੈਗਾ ਟਵੀਟ ਉਹਨਾਂ ਨੇ ਕੀਤਾ ਸ਼ਾਇਦ ਉਹ ਟਵੀਟ ਕੀਤਾ ਸੀਗਾ ਮੈਂ ਆਪਣੇ ਰਮਜੀਤ ਠੁਕਰਾਲ ਨੇ ਤੇ ਉਹਨਾਂ ਜਵਾਬ ਦਿੱਤਾ ਸੀ ਕਿ ਕਾਂਗਰਸ ਨੂੰ ਖਤਮ ਕਰਨ ਵਾਸਤੇ ਵਾਲੀ ਕਿਸੇ ਦੀ ਲੋੜ ਹੀ ਨਹੀਂ ਪੈਣ ਪਾਈ ਹੈਗੀ ਹੂੰ 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 ਉਹਨੇ ਕਿਹਾ ਵੀ ਕਿਸ ਢੰਗ ਦੇ ਨਾਲ ਤੁਸੀਂ ਦੇਖੋਗੇ ਜਿਹੜਾ ਆਪਣਾ ਜੋਤਰ ਦਿੱਤਾ ਸਿੰਧ ਗਿਆ ਜੀ ਜੀ ਉਹ ਮੀਟਿੰਗ ਵਾਸਤੇ ਕਲਪਤਾ ਮਿਲ ਗਿਆ ਕਿ ਮੈਨੂੰ ਰਾਹੁਲ ਮਿਲ ਜੇ ਜਾਂ ਪ੍ਰਿੰਕਾ ਮਿਲ ਜੇ ਤਾਂ ਮਿਲੇ ਨਹੀਂ ਉਹਨੂੰ ਹਮ ਹਮ ਅਲਟੀਮੇਟਲੀ ਉਹਨੇ ਸਾਰੀ ਦੀ ਸਾਰੀ ਸਰਕਾਰੀ ਡਗਾਤੀ ਜੀ ਆ ਜਰੀ ਹੈਗੀ ਤੁਹਾਡੀ ਇੱਥੋਂ ਵਾਲੀ ਰਾਜਸਥਾਨ ਵਾਲੀ ਰਾਜਸਥਾਨ ਵਾਲਾ ਵੀ ਪਤਾ ਆਪ ਨੂੰ ਤੁਹਾਡੇ ਸਰਪੰਚ ਗਿਆ ਸੀ ਸਚਨ ਪਾਇਲਟ ਦਾ ਮਾਨੇ ਸਰਪੰਚ ਗਿਆ ਸਾਰਾ ਕੁਝ ਲੈ ਗਿਆ ਸੀ ਉਹ ਤਾਂ ਗੱਲ ਇੰਨੀ ਕੁ ਹੋ ਗਈ ਕਿ ਕੁਸ਼ੋ ਮਨੇਜ ਕਰ ਗਿਆ ਆਪਣਾ ਗਹਿਲੋਤ ਜੀ ਤੇ ਮੈਂ ਉਹਦੇ ਮਨੇਜ ਕਰਨ ਦੇ ਵਿੱਚ ਜਿਹੜੀ ਵੱਡੀ ਮੈਨੇਜਮੈਂਟ ਸੀ ਬਹੁਤ ਘੱਟ ਲੋਕਾਂ ਨੂੰ ਪਤਾ ਵੱਡੀ ਮੈਨੇਜਮੈਂਟ ਭਾਰਤੀ ਜਨਤਾ ਪਾਰਟੀ ਦਾ ਇਹ ਆਵਾਕਲੇ ਸੀ ਜੀ ਜੀ ਜੇ ਭਾਰਤੀ ਜਨਤਾ ਪਾਰਟੀ ਦੀ ਰਾਜਸਥਾਨ ਦੀ ਇਕਾਈ ਜਿਹੜੀ ਹੈਗੀ ਆ ਜਾਂ ਦਿੱਲੀ ਵਾਲੇ ਇਸ ਗੱਲ ਦੇ ਉੱਤੇ ਖੜੇ ਸੀਗੇ ਕਿ ਅਸੀਂ ਗਹਿਲੋਤ ਨੂੰ ਲਾਉਣਾ ਹੈ ਤਾਂ ਦੂਜੀ ਬੀਬੀ ਆ ਜਿਹੜੀ ਆਪਣੀ ਬਸੁੰਦਰਾ ਰਾਜੀ ਜੀ ਜੀ ਪਸੁੰਦਰਾ ਰਾਜੇ ਨੂੰ ਤਾਂ ਪਹਿਲਾ ਜਦੋਂ ਉਹਨੂੰ ਆਪੋਜੀਸ਼ਨ ਦਾ ਲੀਡਰ ਨਹੀਂ ਸੀ ਬਣਾਇਆ ਹੂੰ ਹੂੰ ਉਹਨੂੰ ਰਹਿਣ ਵਾਸਤੇ ਕੋਠੀ ਦਾ ਪ੍ਰਬੰਧ ਵੀ ਗਹਿਲੋਤ ਨੇ ਕਰਕਾ ਸੀ ਕਿ ਸਾਬਕਾ ਮੁੱਖ ਮੰਤਰੀ ਇਹਦੀ ਤੁਹਾਨੂੰ ਜੈਪੁਰ ਚ ਕੋਠੀ ਦਿੱਤੀ ਜਾਂਦੀ ਹੈ ਹੂੰ ਹੂੰ ਔਰ ਜਦੋਂ ਗਹਿਲੋਤ ਦੇਤੇ ਬਖਤਾਏ ਤੇ ਬੀਬੀ ਨੇ ਵੀ ਕਹਿਤਾ ਸੀ ਕੋਈ ਨਹੀਂ ਮੇਰੇ ਗਰੁੱਪ ਦੇ ਬੰਦੇ ਹੈਗੇ ਹੈਗੇ ਹਾਂ ਜੇ ਤੁਹਾਨੂੰ ਮੁਸੀਬਤ ਦੀ ਲੋੜ ਪਈ ਤੁਸੀਂ ਬੁਲਾਓ ਵਿਧਾਨ ਸਭਾ ਦਾ ਸੈਸ਼ਨ ਜੇ ਤੁਹਾਡੇ ਖਿਲਾਫ ਨੋ ਕੰਫੀਡੈਂਸ ਹੁੰਦਾ ਤਾਂ ਮੇਰੇ ਬੰਦੇ ਤੁਹਾਡੀ ਕੁਰਸੀ ਬਚਾ ਲੈਣਗੇ ਇਸ ਕਰਕੇ ਉਹ ਬਚੀਏ ਨਹੀਂ ਤਾਂ ਮਤਲਬ ਜਿਹੜੀ ਕਮਾਂਡ ਹੈ ਹਾਈ ਦੀ ਹਾਈ ਹਾਈ ਹੀ ਜ਼ਰੂਰ ਹੈ ਕਮਾਂਡਰੀ ਹੈ ਜੀ ਜੀ اور ਨਾ ਕਮਾਂਡ ਦੇ ਚਲਦੇ ਆ ਦੇਖੋ ਜਿੱਥੇ ਲੱਗਦਾ ਸੀ ਕਿ ਕਾਂਗਰਸ ਪਾਰਟੀ ਰਿਪੀਟ ਕਰੂਗੀ ਤੇ ਹੁਣੇ ਹੁਣੇ ਵੀ ਕਾਂਗਰਸ ਪਾਰਟੀ ਦੇ ਫੁੱਲ ਸੁਗੰਧ ਦੀ ਹਾਲਾਤ ਹੈ ਫੁੱਲ ਸੁਗੰਧ ਦੇ ਹਾਲਾਤ ਆਇਆ ਚਲੋ ਭਾਈ ਜਿਹੜੀ ਹੈਗੀ 10 ਹਸਕਰ ਤਾਂ ਹੋਈ ਗਿਆ ਤੇ ਇਹਨਾਂ ਨੂੰ ਗੰਗਾ ਜਲ ਆਪਣਾ ਪ੍ਰਵਾਹ ਕਰਾਈਏ ਗੰਗਾ ਜੀ ਚ ਹਾਲਾਤ ਹੈ ਦੇਖੋ ਢਿੱਲ ਸਭ ਗੱਲ ਕੁਛ ਐ ਹੋ ਰਹੀ ਹੈ ਤੁਸੀਂ ਰਨੇਕ ਸਿੰਘ ਮਹਿਮਾ ਤੇ ਸੁਖਵੀਰ ਸਿੰਘ ਬਾਦਲ ਦੀ ਗੱਲਬਾਤ ਵੇਖੀ ਹੋਣੀ ਕਾਫੀ ਵਾਇਰਲ ਹੋਈ ਹੈ ਹਾਂਜੀ ਹਾਂਜੀ ਬੜੇ ਲੋਕਾਂ ਨੇ ਪੋਜ਼ਿਟਿਵ ਆਇਆ ਗੱਲ ਉਹਦੇ ਉੱਤੇ ਵੀ ਚਲੋ ਚੰਗੀ ਗੱਲ ਹੈ ਜੇ ਸੁਖਵੀਰ ਸਿੰਘ ਬਾਦਲ ਨੇ ਭ ਅ ਥਰਮੇ ਨਾਲ ਗੱਲ ਹੋ ਰਹੀ ਹੈ ਥਰਮੇ ਨਾਲ ਥਰਮੇ ਨਾਲ ਪਰ ਉਸ ਤੋਂ ਬਾਅਦ ਜਿਹੜੀ ਕਹਿੰਦੇ ਇਹਨਾਂ ਦੇ ਆਪਦੇ ਚੈਨਲ ਦੇ ਜਿਹੜੀ ਮੈਮੇ ਨੂੰ ਏਜੰਟ ਬਣਾਉਣ ਵਾਲੀ ਗੱਲ ਕੀਤੀ ਇੱਕ ਉਹ ਹੋਰ ਪੇਜ ਹੈਗਾ ਉਹਨਾਂ ਨੇ ਤੇ ਉਹ ਮਨ ਲੱਗਦਾ ਉਹਦੇ ਜਮਾਂ ਹੀ ਕੀ ਕਹਿੰਦੇ ਫੇਰ ਬੱਟੇ ਪਾਤੇ ਜਿੰਨੇ ਕੁੱਤੇ ਆਏ ਸੀਗੇ ਸੁਖਵੀਰ ਬਾਦਲ ਉਹਨਾਂ ਦੇ ਫੇਰ ਥੱਲੇ ਨਹੀਂ ਉਹੀ ਆ ਨਾ ਅਸਲ ਦੇ ਵਿੱਚ ਜਿਹੜੇ ਤੁਹਾਡੇ ਜਿਹੜੇ ਸਲਾਹਕਾਰ ਹਨ ਮੈਂ ਸਲਾਹਕਾਰਾਂ ਦੀ ਗੱਲ ਹੀ ਕਰ ਬ ਕੋਈ ਹੁੰਦਾ ਸਲਾਹਕਾਰਾਂ ਦੀ ਸਥਿਤੀ ਵੀ ਹੁੰਦੀ ਹੈ ਉਹ ਤਾਂ ਕੀ ਜੇ ਕੁਝ ਕਰਨੀ ਕਿਉਂਕਿ ਜਦੋਂ ਮਾਲਕਾਂ ਨੇ ਕਿਹਾ ਵੀ ਤੁਸੀਂ ਆ ਕੁਝ ਕਰਨਾ ਉਹੀ ਕਰ ਮੇ। ਕਈ ਵਾਰੀ ਪਾਰਟ ਵਾਈ ਜੀ ਕਰ ਦਿੰਦੇ ਆ ਵੀ ਇਸ ਮਾਲਕ ਨੂੰ ਖੁਸ਼ ਕਰ ਲਈਏ ਤੇ ਆ ਲੱਭ ਲਿਆ ਪਤਾ ਹੀ ਨਹੀਂ ਹੁੰਦਾ। ਉਹ ਤੋਂ ਬਾਅਦ ਜਿਹੜੀਆਂ ਹੈਗੀਆਂ ਹਰਨੇਕ ਸਿੰਘ ਮਮੇ ਜੀ ਜਿਹੜੀਆਂ ਦੁਬਾਰਾ ਇੰਟਰਵਿਊ ਹੋਈ ਜਾਂਦੇ ਨੇ ਪੱਤਰਕਾਰ ਜਿਹੜੇ ਡਿਜੀਟਲ মিডিਆ ਵਾਲ ਨਹੀਂ ਕਰਤੇ ਕਰਦੇ ਕਿ ਉਹ ਬੜੇ ਬੜੇ ਕਰੀਬ ਨਾਲ ਬੜੇ ਬੰਦੇ ਨੇ ਬੜੀ ਮਿਸਾਲ ਦਿੱਤੀ ਮੈਮੇ ਨਹੀਂ ਮਿਸਾਲਾਂ ਦਿੱਤੀਆਂ ਤੇ ਕੱਲ ਫਿਰ ਜਿਹੜੀ ਉਹ ਬੀਬੀ ਨੇ ਉੱਥੇ ਸਵਾਲ ਜਵਾਬ ਕੀਤੇ ਮਲੋਟ ਉਹ ਵੀ ਗੱਲ ਹੈਗੀ ਹੈ ਸਾਹਮਣੇ ਹਾਂ ਜੀ ਤੇ ਉਧਰ ਕਮੇ ਵਿਚ ਪ੍ਰਤਾਪ ਨੇ ਪਟੀਸ਼ਨ ਕੀ ਪਾਈ ਹੈ ਜੀ ਜੀ ਦਾ ਕਹਿੰਦੇ ਸਰਕਾਰ ਨੂੰ 7 ਸਤੰਬਰ ਨੂੰ ਨੋਟਿਸ ਹੋਇਆ ਹੈ ਦਸੰਬਰ ਨੂੰ ਦਸੰਬਰ ਨੂੰ ਹਾਂ ਜੀ ਅਸਲ ਦੇ ਵਿੱਚ ਕਮਰ ਵਿਚ ਪ੍ਰਤਾਪ ਸਿੰਘ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਨਾਲ ਜੁੜੇ ਹੋਏ ਸੀ ਜੀ ਔਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਇਨਵੈਸਟੀਗੇਟ ਕੀਤਾ ਸੀ ਕੋਟਕਪੂਰਾ ਗੋਲੀकांड ਹੂੰ ਹੂੰ ਉਹਦੇ ਸਬੰਧ ਵਿੱਚ ਉਹਨਾਂ ਨੇ 9 10 9 ਚਲਾਨ ਪੇਸ਼ ਕਰਤੇ ਸੀ 10ਵਾਂ ਚਲਾਨ ਪੇਸ਼ ਕਰਨਾ ਸੀ ਜੀ ਫਿਰ ਗੁਰਦੀਪ ਸਿੰਘ ਪੰਦੇਰ ਨਾਂ ਦਾ ਇੱਕ ਸਬ ਇਨਸਪੈਕਟਰ ਜਾਂ ਇਨਸਪੈਕਟਰ ਜਿਹੜਾ ਉਸ ਵੇਲੇ ਕੋਟਕਪੂਰੇ ਦਾ ਐਸਐਚਓ ਹੁੰਦਾ ਸੀ ਹੂੰ ਹੂੰ ਉਸ ਬੰਦੇ ਨੇ ਇੱਕ ਜਿਹੜੀ ਹੈਗੀ ਪਟੀਸ਼ਨ ਦਾਇਰ ਕਰਤੀ ਹਾਈ ਕੋਰਟ ਚ ਜੀ ਹਾਈ ਕੋਰਟ ਦੇ ਵਿੱਚ ਉਹਨੇ ਇਲਜ਼ਾਮ ਲਾ ਦਿੱਤਾ ਕਿ ਇਹ ਮਿਸਟਰ ਜਿਹੜੇ ਕਮਰ ਵਿਜੇ ਪ੍ਰਤਾਪ ਸਿੰਘ ਹੈ ਇਹ ਤਰਫਦਾਰੀ ਕਰਦੇ ਐ ਔਰ ਇਹਨਾਂ ਨੇ ਠੀਕ ਤਰੀਕੇ ਦੇ ਨਾਲ ਜਿਹੜਾ ਪ੍ਰੋਫੈਸ਼ਨਲੀ ਹਮਮ ਇਸ ਕੇਸ ਨੂੰ ਜਿਹੜਾ ਡੀਲ ਨਹੀਂ ਕਰ ਰਹੇ ਇਸ ਲਈ ਇਹਨਾਂ ਨੂੰ ਹਟਾਇਆ ਜਾਵੇ ਤੇ ਇਹਨੂੰ ਰੱਦ ਕੀਤਾ ਜਾਵੇ ਜਿਹੜੀ ਇਹਨਾਂ ਦੀ ਜਾਂਚ ਰਿਪੋਰਟ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਉਹ ਜੱਜ ਸਾਹਿਬ ਨੇ ਠੀਕ ਕੀਤੀ ਹੈ ਕਿ ਗਲਤ ਕੀਤੀ ਹੈ ਪਰ ਇਹ ਨਹੀਂ ਕਹਿ ਸਕਦੇ ਕਿ ਅਦਾਲਤ ਨੇ ਗਲਤ ਕੀਤੀ ਹੈ ਕਿਉਂਕਿ ਅਦਾਲਤ ਦੇ ਫੈਸਲੇ ਨੂੰ ਤੁਸੀਂ ਚੁਣੌਤੀ ਦੇ ਸਕਦੇ ਹੋ ਅਦਾਲਤ ਦੇ ਫੈਸਲੇ ਨੂੰ ਤੁਸੀਂ ਕ੍ਰਿਟੀਸਾਈਜ਼ ਨਹੀਂ ਕਰ ਸਕਦੇ ਅਦਾਲਤ ਨੂੰ ਕ੍ਰਿਟੀਸਾਈਜ਼ ਨਹੀਂ ਕਰ ਸਕਦੇ ਲੇਕਿਨ ਕੰਵਰਬਿਜੇ ਪ੍ਰਤਾਪ ਸਿੰਘ ਦੀ ਇੱਕ ਗੱਲ ਕਹਿਣੀ ਹੈ ਕਿ ਜਦੋਂ ਮਾਮਲਾ ਟ੍ਰਾਇਲ 'ਚ ਚਲਾ ਜਾਵੇ ਜੀ ਚਲਾਨ ਪੇਸ਼ ਪੇਸ਼ ਹੋ ਜੇ ਉਹ ਤੋਂ ਉਹ ਜਿਹੜਾ ਅਧਿਕਾਰ ਖੇਤਰ ਹੈ ਉਹ ਜਿਹੜੀ ਹੈਗੀ ਜਿਹੜੀ ਕੋਰਟ ਦੇ ਵਿੱਚ ਕੇਸ ਚੱਲਦਾ ਉਹਦਾ ਆ ਜਾਂਦਾ ਉਹਦਾ ਹੀ ਆ ਜਾਂਦਾ ਜਿਹੜੀ ਸੁਪੀਰੀਅਰ ਕੋਰਟ ਹੈ ਸੁਪੀਰੀਅਰ ਕੋਰਟ ਉਹਦੇ ਵਿੱਚ ਕਾਨੂੰਨੀ ਤੌਰ ਤੇ ਦਖਲ ਨਹੀਂ ਦੇ ਸਕਦੀ ਜੀ ਖੈਰ ਉਸ ਤੋਂ ਬਾਅਦ ਉਹ ਮਾਮਲਾ ਚੱਲਿਆ ਹਮ ਹੁਣ ਜਿਹੜੇ ਮਿਸਟਰ ਗੁਰਦੀਪ ਸਿੰਘ ਪੰਦੇਹਰ ਹੈ ਥਾਣੇਦਾਰ ਹੋਣਾ ਇਨਸਪੈਕਟਰ ਹੋਣਾ ਇਹ ਕੋਈ ਬਹੁਤ ਹੀ ਵੱਡੀ ਪੋਸਟ ਨਹੀਂ ਹੁੰਦੀ ਹਮ 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 ਅਕੈਂ ਦੇ ਲੋਕ ਵੀ ਦੋ ਨੰਬਰ 'ਚ ਪੈਸੇ ਕਮਾ ਲੈਂਦੇ ਆ ਲੇਕਿਨ ਜਦੋਂ ਬੰਦਾ ਪਾਸੇ ਹੋ ਜੇ ਲੈ ਜੇ ਤੇ ਉਦੋਂ ਜੀਬ ਚੋਂ ਪੈਸੇ ਲਾਉਣੇ ਹੁਣ ਭਾਵੇਂ ਕਮਾਇਆ ਹੀ ਹੋਣ ਬੜੇ ਮੁਸ਼ਕਲ ਹੁੰਦੇ ਆ ਜੀ ਜੀ ਹੂੰ ਹੂੰ ਵੱਡੀ ਗੱਲ ਇਹ ਕੀ ਐ ਕਿ ਜਿਹੜੀ ਉਹ ਲੱਗਦਾ ਤਾਂ ਇਹ ਸੀ ਕਿ ਪਟੀਸ਼ਨ ਇਹ ਨਹੀਂ ਕੀਤੀ ਅਸਲ ਦੇ ਵਿੱਚ ਨਾ ਗੁਰੂਦੀਪ ਸਿੰਘ ਪੰਦੇਰ ਦਾ ਸੀ ਪਟੀਸ਼ਨ ਦੇ ਪਿੱਛੇ ਵੱਡੇ ਵੱਡੇ ਬੰਦੇ ਖੋਹੇ ਸੀ ਅੱਛਾ ਜੀ ਕਿਉਂਕਿ ਜੇ ਤੁਸੀਂ ਦੇਖੋ ਕਿ ਉਸ ਕੇਸ ਦੇ ਵਿੱਚ ਵਕੀਲ ਕਿਹੋ ਜਿਹਾ ਖੜਦੇ ਆ ਹੂੰ ਹੂੰ ਵਕੀਲਤਾ ਉਹ ਖੜਦੇ ਜਿਨ੍ਹਾਂ ਦੀ ਇੱਕ ਇੱਕ ਪੇਸ਼ੀ ਦੀਆਂ ਲੱਖਾਂ ਲੱਖਾਂ ਰੁਪਏ ਦੀਆਂ ਫੀਸਾਂ ਹੈ ਹੂੰ 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 ਔਰ ਕੋਈ ਸਾਭਾ ਕਾ ਐਡਵੋਕੇਟ ਜਨਰਲ ਕੋਈ ਦਿੱਲੀ ਤੋਂ ਆ ਗਿਆ ਕੋਈ ਕਿਤੋਂ ਆ ਗਿਆ ਕੋਈ ਕੁਛ ਆ ਗਿਆ ਜਿਹੜਾ ਉਹ ਫੈਸਲਾ ਆਇਆ ਤੇ ਫੈਸਲੇ ਦੇ ਵਿੱਚ ਉਹਨਾਂ ਨੇ ਜੱਜ ਸਾਹਿਬ ਨੇ ਕਹਿ ਦਿੱਤਾ ਕਿ ਜਿਹੜੀਆਂ 9-10 ਦੀਆਂ ਪਟੀਸ਼ਨਾਂ ਕੀਤੀ ਇਹਨਾਂ ਨੇ ਆਪਣੇ ਚਲਾਨ ਪੇਸ਼ ਕੀਤੇ ਉਹ ਵੀ ਰੱਦ ਜੀ ਜਿਹੜੀ ਇਹਨਾਂ ਦੀ ਜਾਂਚ ਕੀਤੀ ਉਹ ਵੀ ਰੱਦ ਐਸਆਈਟੀ ਵੀ ਭੰਗ ਨਵੀਂ ਐਸਆਈਟੀ ਬਣਾ ਦਿਓ ਕੋਮਰ ਵਿਜੇ ਪ੍ਰਤਾਪ ਸਿੰਘ ਉਸ ਐਸਆਈਟੀ 'ਚ ਹੋਣਾ ਹੀ ਨਹੀਂ ਚਾਹੀਦਾ ਅੱਛਾ ਜੀ ਮਤਲਬ ਕਮਰਬਿਜੇ ਪ੍ਰਤਾਪ ਸਿੰਘ ਦਾ ਜਿਹੜਾ ਕਰੈਕਟਰ ਸੀਗਾ ਉਹਦਾ ਕਰੈਕਟਰ ਦੇ ਉੱਤੇ ਵੀ ਇੱਕ ਸਵਾਲੀਆ ਨਿਸ਼ਾਨ ਲਾਤਾ ਕਿ ਇਹ ਬੰਦੇ ਨੇ ਜਿਹੜਾ ਹੈਗਾ ਆਪਣੇ ਪ੍ਰੋਫੈਸ਼ਨਲ profession ਦੇ ਨਾਲ ਵੀ ਇਹਨੇ ਇਨਸਾਫ ਨਹੀਂ ਕੀਤਾ। ਉਹਦੇ ਨਾਲ ਨੇਚਰਲੀ ਇਹ ਕਿ ਜਦੋਂ ਬੰਦੇ ਨੂੰ ਇੱਕ ਨੂੰ ਜਿਹੜਾ ਜਿਸ ਬੰਦੇ ਦੇ ਉੱਤੇ ਹਾਈ ਕੋਰਟ ਪਹਿਲਾਂ ਇਹ ਫੇਤ ਕਰਦੀ ਹੋਵੇ ਹੂੰ ਹੂੰ ਕਿ ਆਹ ਕ੍ਰਿਟੀਕਲ ਮਾਮਲੇ ਤੇ ਦੀ ਤਫਤੀਸ਼ ਕਿਨੂੰ ਦੇਦੀ ਹੈ ਜੀ ਕਮਰਬਿਜੇ ਪ੍ਰਤਾਪ ਸਿੰਘ ਨੂੰ ਜੀ ਜੀ ਕਮਰਬਿਜੇ ਪ੍ਰਤਾਪ ਸਿੰਘ ਦੀ ਮੈਂ ਇੰਟਰਵਿਊ ਸੁਣੀ ਹੈ ਇੱਕ ਤੋਂ ਵੱਧ ਵਾਰੀ ਸੁਣੀ ਹੈ ਤੇ ਉਹ ਕਹਿੰਦਾ ਵੀ ਮੈਨੂੰ ਹਾਈ ਕੋਰਟ ਦਾ ਆਈਜੀ ਕਹਿੰਦੇ ਹੁੰਦੇ ਸੀ ਹਾਈ ਕੋਰਟ ਦਾ ਪੁਲਿਸ ਅਫਸਰ ਕਹਿੰਦਾ ਸੀ ਹਾਈ ਕੋਰਟ ਮੈਨੂੰ ਪੈਸੇ ਆਪਣਾ ਮੁਕਦਮੇ ਦੇ ਮੁਕਦਮੇ ਦੇ ਦਿੰਦੇ ਜਿਵੇਂ ਸੀਆਈਏ ਸਟਾਫ ਹੈ ਸੀਆਈਏ ਸਟਾਫ ਨੂੰ ਆਮ ਤੌਰ ਤੇ ਐਸਐਸਪੀ ਦਾ ਠਣਾ ਕਿਹਾ ਜਾਂਦਾ ਹ ਹ ਸਾਰੇ ਜਿਲ੍ਹੇ ਜਿ ਸਮਰਦੀਆ ਬੰਦਾ ਚੱਕਾ ਲਓ ਹਾਂ ਉਵੇਂ ਜਿਵੇਂ ਕਹਿੰਦੇ ਜਦੋਂ ਤਫਤੀਸ਼ਾ ਮੈਨੂੰ ਜਦੀ ਸੀ ਮੈਨੂੰ ਮੁਕਦਮੇ ਦਿੰਦੀ ਸੀ ਹਾਈ ਕੋਰਟ ਤੇ ਉਸੇ ਹਾਈ ਕੋਰਟ ਦੇ ਵਿੱਚੋਂ ਇਹ ਕਹਿ ਦੇਣਾ ਕਿ ਇਹ ਬੰਦਾ ਭਰੋਸੇਯੋਗ ਨਹੀਂ ਇਹਨੇ ਆਪਣੇ ਪ੍ਰੋਫੈਸ਼ਨਲ ਦੇ ਨਾਲ ਜਿਹੜਾ ਨਿਆ ਨਹੀਂ ਕੀਤਾ ਇਹ ਮੇਰੇ ਵਾਸਤੇ ਬਹੁਤ ਵੱਡਾ ਇੱਕ ਜਿਹੜਾ ਹੈਗਾ ਸਦਮੇ ਵਾਲੀ ਗੱਲ ਹੈ ਜੀ ਔਰ ਉਸ ਬੰਦੇ ਨੇ ਜਿਹਨੇ ਪਤਾ ਨਹੀਂ ਕਿੱਥੋਂ ਤੱਕ ਪਹੁੰਚਣਾ ਸੀ ਉਹਨੇ ਆਈ ਜੀ ਦੇ ਉੱਤੇ ਅਸਤੀਫਾ ਦਿੱਤਾ ਘਰੇ ਬੈ ਗਿਆ ਉਹਨੇ ਕਿ ਉਹਨੇ ਕਿਹਾ ਸੀ ਵਕਾਲਤ ਦਾ ਭਾਵੇਂ ਉਹਨੇ ਲਾਇਸੈਂਸ ਲੈ ਲਿਆ ਸੀ ਕਿ ਮੈਂ ਇਸ ਮਾਮਲੇ ਨੂੰ ਚੈਲੰਜ ਕਰ ਉਹ ਵੀ ਕਰਤਾ ਉਹਨੂੰ ਲੇਕਿਨ ਉਹਨੂੰ ਮਤਲਬ ਬੰਦੇ ਨੂੰ ਇਹ ਕਹਿੰਦੇ ਰਹੇ ਅਖਬਾਰਾਂ ਵਾਲੇ মিডিਆ ਵਾਲੇ ਵੀ ਉਹਨੇ ਜੀ ਹੁਣ ਤੱਕ ਕੀਤਾ ਕਿਉਂ ਨਹੀਂ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਢੋਲ ਵਜਾ ਕੇ ਕਰਦੇ ਕੁਝ ਨੂੰ ਕੋਨਦੇ ਜਿਨ੍ਹਾਂ ਨੂੰ ਛੁਪੇ ਰਹਿਣ ਦੀ ਚਾਹ ਹੁੰਦੀ ਹੈ ਜੀ ਉਹ ਕੋਈ ਰੌਲਾ ਗੋਲਾ ਨਹੀਂ ਪਾਉਦੇ ਜਦੋਂ ਉਹ ਆਪਣੀ ਥਾਂ ਦੇ ਉੱਤਰਿਆ ਜੀ ਫਿਰ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਸ਼ਾਮਲ ਹੋ ਕੇ ਉਹਨਾਂ ਨੇ ਆਪਣਾ ਰਾਜ ਸੀਰਾ ਆਪਣਾ ਲਿਆ ਇਹ ਵਕਰੀ ਗੱਲ ਹੈ ਜਦੋਂ ਬੰਦੇ ਨੇ ਡਿਜ਼ਾਈਨ ਦਿੱਤਾ ਜਿੱਥੇ ਮਰਜ਼ੀ ਆ ਜਾਵੇ ਜੋ ਮਰਜ਼ੀ ਕਰੇ ਉਹਦੀ ਜੋ ਇੰਡੀਪੈਂਡੈਂਟ ਹੈ ਕਿਸੇ ਨੂੰ ਤੇ ਕੋਈ ਉਜਰ ਨਹੀਂ ਹੋਣਾ ਚਾਹੀਦਾ ਪਰ ਫਿਰ ਬਾਅਦ ਚ ਕਿਹਾ ਜਦੋਂ ਉਹਨੇ ਆਮ ਆਦਮੀ ਪਾਰਟੀ ਜੁਆਇਨ ਕਰਨ ਲਈ ਬੜੇ ਲੋਕਾਂ ਨੇ ਸਵਾਲ ਉਠਾਏ ਆ ਦੇਖੋ ਜੀ ਕਲੀਅਰ ਹੋ ਗਈ ਇਹਦੀ ਮਨਸ਼ਾ ਇਹ ਤਾਂ ਬੰਦੇ ਨੇ ਸਿਆਸਤ ਜਾਣਾ ਸੀ ਤਾਂ ਜਾਣ ਬੁੱਝ ਕੇ ਬਦਨਾਮ ਕਰਦਾ ਸੀ ਹੂੰ ਹੂੰ ਵੱਡੀ ਗੱਲ ਉਹਦੇ ਚ ਦਾਨੇ ਵਾਲੀ ਸਭ ਉਸ ਕੇਸ ਦੇ ਵਿੱਚ ਇਹ ਹੈ ਕਿ ਜਿਹੜੀ ਜੱਜਮੈਂਟ ਆਈ ਹੈ ਜੀ ਜੱਜਮੈਂਟ ਦੇ ਵਿੱਚ ਚਲੋ ਗੁਰਦੀਪ ਸਿੰਘ ਪੰਦੇਰ ਨੂੰ ਅਦਾਲਤ ਨੇ ਰਿਲੀਫ ਦੇਣ ਦੀ 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 ਹੂੰ ਹੂੰ ਰਿਲੀਫ ਹੱਕ ਲਈ ਮੰਗਦਾ ਉਹਨੇ ਤਾਂ ਕਿਤੇ ਕਿਹਾ ਹੀ ਨਹੀਂ ਸੀ ਕਿ ਸਾਰਾ ਕੁਝ ਰੱਦ ਕਰ ਦੇ ਜੀ 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 ਅਦਾਲਤ ਨੇ ਰੱਦ ਵੀ ਕਰਤਾ ਤੇ ਅਦਾਲਤ ਨੇ ਜਿਹੜੀ ਬਾਦਲ ਸਾਹਿਬ ਸੀਨੀਅਰ ਬਾਦਲ ਤੇ ਜੂਨੀਅਰ ਬਾਦਲ ਉਹਨਾਂ ਨੂੰ ਕਲੀਨ ਜਟਵੀ ਦਿੱਤੀ ਹੂੰ ਹੂੰ ਇੱਥੇ ਤੱਕ ਕਹਤਾ ਅਦਾਲਤ ਨੇ ਵੀ ਇਹਦੇ ਚ ਫਿਰ ਕੀ ਹੋ ਗਿਆ ਜੀ ਜੇ ਡੀਜੀਪੀ ਨਾਲ ਰਾਤ ਨੂੰ ਚੀਫ ਮਿਨਿਸਟਰ ਲੇਟ ਨਾਈਟ ਗੱਲ ਕਰਦਾ ਲਾਡ ਆਰਡਰ ਦਾ ਮਾਮਲਾ ਕਰ ਸਕਦਾ ਕਰ ਸਕਦਾ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਜਿਹੜੀ ਨਵੀਂ ਐਸਆਈਟੀ ਬਣੂਗੀ ਤੇ ਉਹ ਐਸਆਈਟੀ ਤਫਤੀਸ਼ ਕਿਵੇਂ ਕਰੇ ਹੂੰ ਹੂੰ ਉਹਦੇ ਵਾਸਤੇ ਵੀ ਦਿਸ਼ਾ ਨਿਰਦੇਸ਼ ਤਿਆਰ ਕਰਦੀ ਉਸ ਹਿਸਾਬ ਦੇ ਨਾਲ ਤਾਂ ਕੋਈ ਹੱਥ ਹੀ ਨਹੀਂ ਪਾ ਸਕਦਾ ਕਿਸੇ ਵੱਡੇ ਕਿਸੇ ਬੰਦੇ ਨੂੰ ਬਿਲਕੁਲ ਸਹੀ ਨਹੀਂ ਗੱਲ ਇਹਦੇ ਤੇ ਭਾਵੇਂ ਪੰਜਾਬ ਸਰਕਾਰ ਦੇ ਕੁਝ ਲੋਕ ਨੁਕਤਾਚੀ ਨਹੀਂ ਕਰਦੇ ਕਈਆਂ ਨੂੰ ਪਤਾ ਨਹੀਂ ਹੁੰਦਾ ਕਾਨੂੰਨ ਦਾ ਵੀ ਕਾਨੂੰਨ ਕੀ ਹੈ ਜਦੋਂ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਗਲਤ ਅਸੀਂ ਨੂੰ ਚੈਲੰਜ ਕਰਾਂਗੇ ਫਿਰ ਨਾਲ ਦੀ ਨਾਲ ਹੀ ਐਸਆਈਟੀ ਬਣਾਤੀ ਕਈ ਲੋਕ ਕਹਿੰਦੇ ਐਸਆਈਟੀ ਕਿਉਂ ਬਣਾਤੀ ਹੁਣ ਕੋਮਰਬਿਜੇ ਪ੍ਰਤਾਪ ਸਿੰਘ ਨੇ ਜਿਹੜੀ ਪਟੀਸ਼ਨ ਦਾਇਰ ਕੀਤੀ ਹੈ ਜੀ ਉਸ ਪਟੀਸ਼ਨ ਦੇ ਉੱਤੇ ਸਰਕਾਰ ਨੂੰ ਨੋਟਿਸ ਜਾਰੀ ਕਰਤਾ ਹੂੰ ਹੂੰ ਤੇ ਦਾਨੇ ਵਾਲਿਆ ਸਾਹਿਬ ਨੋਟਿਸ ਜਾਰੀ ਕਰਦੋਂ ਲਈ ਕੀਤਾ 7 ਦਸੰਬਰ ਲਈ ਅੱਛਾ ਜੀ ਇਹ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਕੀਤਾ ਹੂੰ ਹੂੰ ਇਹੀ ਚੀਜ਼ ਜੇ ਇੱਥੇ ਹੋ ਡਿਵੀਜ਼ਨ ਬੈਂਚ 'ਚ ਅਪੀਲ ਪਾ ਦਿੰਦੀ ਜਾਂ ਪੰਜਾਬ ਸਰਕਾਰ ਇਹ ਅਪੀਲ ਸੁਪਰੀਮ ਕੋਰਟ 'ਚ ਪਾ ਜਾਂਦੀ ਨੋਟਿਸ ਦੇ ਤਾਂ ਪਹਿਲੀ ਪੇਸ਼ੀ ਦੇ ਉੱਤੇ ਪੇਸ਼ ਹੋਣੇ ਹੂੰ ਹੂੰ ਵਕੀਲ ਆਜੂ ਜੀ ਮੈਨੂੰ ਵਕਾਲਤਨਾਮਾ ਦੇਤਾ ਔਰ ਮੈਂ ਆ ਗਿਆ ਜੀ ਹੁਣ ਆ ਜਿਹੜਾ ਮੈਨੂੰ ਫੜਾਉ ਕੀ ਕਹਿੰਦੇ ਆ ਜਵਾਬ ਜਿਹੜਾ ਹੈਗਾ ਮੈਂ ਅਗਲੀ ਵਾਰੀ ਦੂੰ ਫਿਰ ਉਹ ਜਵਾਬ ਤੇ ਆ ਜਾਣੀ ਫਿਰ ਜਵਾਬ ਦਾ ਜਵਾਬ ਦੇਣਾ ਤੇ ਕਰਦਿਆ ਕਰਾਉਂਦਾ ਕਿ ਉਹ ਮਾਮਲਾ 4-5 ਸਾਲਾਂ ਤੇ ਚਲਾ ਜਾਂਦਾ ਅੱਛਾ ਜੀ ਸਟੇ ਬਹੁਤੀ ਵਾਰੀ ਹੁੰਦਾ ਨਹੀਂ ਨਤੀਜਾ ਕੀ ਹੁੰਦਾ ਕਿ ਫਿਰ ਜਦੋਂ ਤੁਸੀਂ ਕੋਈ ਬਣਾਈ ਨਹੀਂ ਐਸਆਈਟੀ ਨਹੀਂ ਬਣਾਈ ਤੁਹਾਡਾ ਕੰਮ ਤਾਂ ਰੁਕ ਗਿਆ ਬਿਲਕੁਲ ਬਿਲਕੁਲ ਸੋ ਇਹ ਐਸਆਈਟੀ ਬਣਾਉਣਾ ਠੀਕ ਹੈ ਕਿਉਂਕਿ ਐਸਆਈਟੀ ਆਪਣਾ ਕੰਮ ਕਰੀ ਜਾਂਦੀ ਹੈ ਹੂੰ ਹੂੰ ਨਾਲ ਉਹਨਾਂ ਨੇ ਅਪੀਲ ਨਹੀਂ ਪਾਈ ਪੰਜਾਬ ਸਰਕਾਰ ਨੇ ਐਸਐਲਪੀ ਸੁਪਰੀਮ ਕੋਰਟ ਚ ਪਾਉਂਦਾ ਪਾਉਂਦਾ ਜੀ ਜੀ ਐਸਐਲਪੀ ਦਾ ਭਾਅ ਵੇਜੀ ਆ ਜਿਹੜਾ ਹੈਗਾ ਇਹਨਾਂ ਨੇ ਕੀਤਾ ਇਹ 2 ਹੋ ਗਏ ਹੂੰ ਹੂੰ ਇਧਰ ਪੰਜਾਬ ਸਰਕਾਰ ਨੂੰ ਹੋ ਗਈ ਹਦਾਇਤ ਕਿ 7 ਦਸੰਬਰ ਨੂੰ ਤੁਸੀਂ ਆਪਣਾ ਜਿਹੜਾ ਹੈਗਾ ਪੱਕੇ ਪੇਸ਼ ਕਰੋ ਉੱਥੇ ਆਪਣਾ ਪੱਕੇ ਪੇਸ਼ ਕਰ ਦੇਣਗੇ ਹੂੰ ਹੂੰ ਸੋ ਕੰਵਰਬੇ ਜੇ ਪ੍ਰਤਾਪ ਸਿੰਘ ਨੇ ਜਿਹੜਾ ਕੀਤਾ ਉਹਨੇ ਠੀਕ ਕੀਤਾ ਉਹਨੇ ਡਿਮਾਂਡ ਇਹ ਕੀਤੀ ਹੈ ਕਿ ਜਿਹੜੀਆਂ ਮੇਰੇ ਖਿਲਾਫ ਜਾਤੀ ਤੌਰ ਤੇ ਟਿੱਪਣੀਆਂ ਕੀਤੀਆਂ ਇਹ ਰੱਤ ਕੀਤੀਆਂ ਜਾਣ ਜੀ ਮੇਰੀ ਜਿਹੜੀ ਹੈਗੀ ਇਹ ਤਪਤੀਸ਼ ਬੜੀ ਪ੍ਰੋਫੈਸ਼ਨਲ ਸੀ ਔਰ ਇਹਨੂੰ ਬਹਾਲ ਕੀਤਾ ਜਾਵੇ ਹੂੰ ਹੂੰ ਅਗਲੀ ਗੱਲ ਉਹਨੇ ਕਿਹਾ ਕਿ ਜਿਹੜਾ ਜਿਹੜੀ ਜਿਹੜਾ ਇਟਲੀ ਅਦਾਲਤ ਨੇ ਹੁਕਮ ਜਾਰੀ ਕੀਤਾ ਜੀ ਉਸ ਹੁਕਮ ਦੇ ਉੱਤੇ ਜਿੰਨੀ ਦੇਰ ਤੱਕ ਅਦਾਲਤ ਸੁਣਵਾਈ ਕਰਦੀ ਹੈ ਪਾਬੰਦੀ ਲਾ ਦिती ਹੈ ਰੋਕ ਲਾ ਦिती ਹੈ ਤਾਂ ਕਿ ਕੋਈ ਉਲਾਸਰ ਨਾ ਹੋਵੇ ਹੁਣ ਦੇਖਦੇ ਆਂ ਜੀ ਜਿਹੜਾ ਡਬਲ ਬੈਂਚ ਆ ਉਹ ਕੀ ਕਰਦਾ ਜੱਜ ਸਾਹਿਬਾਨ ਉਹਦੇ ਉੱਤੇ ਕੀ ਕਰਦੇ ਇਹ ਲੱਗੂ ਆਪਾਂ ਨੂੰ 7 ਦਸੰਬਰ ਨੂੰ ਪਤਾ ਜੀ ਜੀ ਰਾਮ ਰਹੀਮ ਨੂੰ ਕਹਿੰਦੇ ਲੈ ਕੇ ਗਏ ਸੀਗੇ ਜੀ ਦਿੱਲੀ ਦਵਾਈ ਦਵਾਉਣ ਕਹਿੰਦੇ ਰਾਹ 'ਚ ਇੱਕ ਡੀਐਸਪੀ ਨੇ ਹੋਰੀ ਦਵਾਈ ਦਵਾਤੀ ਬਸ ਉਹ ਗੱਲ ਕਹਿੰਦੇ ਵੀ ਡੀਐਸਪੀ ਨੇ ਦਵਾਈ ਦਿੱਤੀ ਤੇ ਡੀਐਸਪੀ ਨੂੰ ਵੀ ਦਵਾਈ ਦੇਤੀ ਵਿਚਾਰੇ ਨੂੰ ਅੱਛਾ ਹੀ ਪਰ ਮੇਰੇ ਖਿਆਲ ਮਤਲਬ ਡੀਐਸਪੀ ਨੇ ਕੀ ਪਹੁੰਚੇ ਹੂੰ ਹੂੰ ਇਹ ਡੀਐਸਪੀ ਦਾ ਨਾਮ ਸ਼ਮਸ਼ੀਰ ਸੋਦাইয়া ਅੱਛਾ ਹੀ ਤੇ ਸ਼੍ਰੀ ਸ਼ਮਸ਼ੀਰ ਸੋਦাইয়া ਦਾ ਜਿਹੜੀ ਹੈ ਅਫੀਸਰ ਔਰ ਮਤਲਬ ਸਕਿਉਰਟੀ ਡਿਊਟੀ ਲੈ ਜੀ ਅੱਛਾ ਜੀ ਤੇ ਅੱਜ ਕੱਲ ਤੁਹਾਨੂੰ ਪਤਾ ਕਿ ਡੇਰਾ ਮੁਖੀ ਜਿਹੜਾ ਬਿਮਾਰ ਹੋ ਜਾਂਦਾ ਹਾਂ ਬਹੁਤ ਛੇਤੀ ਹੁੰਦਾ ਛੇਤੀ ਹੋ ਜਾਂਦਾ ਬਿਮਾਰ ਤੇ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਅਧਿਕਾਰੀਆਂ ਨੂੰ ਵੀ ਛੇਤੀ ਜੀ ਬਾਬਾ ਜੀ ਬਿਮਾਰ ਹੋ ਗਏ ਤੇ ਇਹਨਾਂ ਨੂੰ ਲੈ ਕੇ ਜਾਣਾ ਕਈ ਵਾਰੀ ਤਾਂ ਤੜਕੇ ਵੱਡੇ ਤੜਕੇ ਦੇ ਹਸਪਤਾਲ ਨਹੀਂ ਖੁੱਲੇ ਹੁੰਦੇ ਤੇ ਉਦੋਂ ਜੇਲ੍ਹ ਚੋਂ ਕੱਢ ਲੈਂਦੇ ਅੱਛਾ ਜੀ ਕਿਉਂਕਿ ਸੁਨਾਰੀਆ ਜੇਲ੍ਹ ਚ ਐ ਰੁਤਕ ਦੇ ਨਾਲ ਹੀ ਐ ਰੁਤਕ ਦੇ ਪੀਜੀਆ ਚ ਲਾਇਆ ਜਾਂਦੇ ਫਿਰ ਕਹਿੰਦੇ ਜੀ ਗੱਲ ਇੱਥੇ ਨਹੀਂ ਬਣਦੀ ਇਹਨੂੰ ਬਾਹਰ ਲੈ ਕੇ ਜਾਣਾ ਫਿਰ ਦੁਵਾੜੀ ਬਾਹਰ ਲੈ ਗਏ ਬਾਹਰ ਲਿਆਂ ਤੂੰ ਬੰਦਾ ਪਿਛਲੇ ਸਮੇਂ ਦੇ ਵਿੱਚ ਇੱਕ ਵਾਰੀ ਫੇਰ ਲੈ ਗਏ ਹੂੰ ਹੂੰ ਅੱਛਾ ਉੱਥੇ ਹੁੰਦਾ ਵੀ ਆਪਾਂ ਤਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਕਿ ਅਸਲ ਵਿੱਚ ਬਾਹਰ ਜਾਣ ਦਾ ਮਤਲਬ ਇਹ ਹੁੰਦਾ ਕਿ ਜਿਹੜੇ ਲੋਕ ਅੰਦਰ ਆ ਕੇ ਨਹੀਂ ਨਾ ਮਿਲ ਸਕਦੇ ਤੇ ਉਹਨਾਂ ਨੂੰ ਮਿਲ ਗਏ ਹੂੰ 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 ਇਲੈਕਸ਼ਨਾਂ ਪੰਜਾਬ ਦੀਆਂ ਵੀ ਅ ਜੀ ਅਲੈਗਨਾਂ ਜੁਪੀ ਦੀਆਂ ਤੇ ਉੱਤਰਾਖੰਡ ਦੀਆਂ ਵੀ ਆ ਗਈਆਂ ਤੇ ਡੇਰਾ ਮੁਖੀ ਦੀ ਲੋੜ ਉੱਥੇ ਵੀ ਹੈ ਉੱਥੇ ਫਿਰ ਕੌਣ ਕੌਣ ਬੰਦੇ ਕਿੱਥੇ ਕਿੱਥੇ ਬੈਠੇ ਨਾ ਪਿਛਲੇ ਐਪੀਸੋਡ ਦੇ ਵਿੱਚ ਇੱਕ ਜੀ ਗੱਲ ਕੀਤੀ ਸੀ ਕਿ ਸ਼ਾਇਦ ਇਹ ਮੀਟਿੰਗਾਂ ਦਾ ਪ੍ਰਬੰਧ ਕੀਤਾ ਜਾਵੇ ਜੀ ਜੀ ਲਓ ਜੀ ਕੁਝ ਫਿਰ ਆਪਦੇ ਵੀ ਮਿਲਣ ਵਾਲੇ ਹੁੰਦੇ ਜਿਹੜੇ ਚਲੋ ਜੀ ਕਿਸੇ ਡਾਕਟਰਾਂ ਦੇ ਕਮਰੇ ਦੇ ਵਿੱਚ ਦੋ ਲੀਡਰ ਬੈਠੇ ਕਿਸੇ ਪਾਰਟੀ ਦੇ ਉੱਥੇ ਡੇਰਾ ਮੁਖੀ ਨੂੰ ਲੈ ਗਏ ਹੂੰ ਹੂੰ ਬਾਹਰ ਫੋਰਸ ਲੱਗੀ ਹੈ ਕਹੀ ਤੈਜ ਜਾਂਦੇ ਉਹਨਾਂਗੇ ਕਿ ਉਹਨਾਂ ਦਾ ਮੌਜਨਾ ਕਰਦੇ ਪਰ ਅੰਦਰੋਂ ਜਿਹੜੀਆਂ ਗੱਲਾਂ ਬਾਤਾਂ ਕਰ ਰਹੀਆਂ ਰਾਜਸੀ ਮੌਨੀਆਂ ਦੀਆਂ ਹੋਈ ਜਾਂਦੀ ਸਾਰਾ ਕੀ ਮੈਨਾ ਹੁੰਦਾ ਹੈ ਮੈਨੇ ਦਾ ਬੜਾ ਕੁਛ ਹੁੰਦਾ ਮੈਨੇ ਦਾ ਬੜਾ ਕੁਛ ਹੁੰਦਾ ਵੀ ਕਿਹੜਾ ਮੈਨਾ ਹੋਈ ਜਾਂਦਾ ਐਵੇਂ ਜਿਵੇਂ ਜਦੋਂ ਹੁਣ ਉਹ ਜਾ ਕੇ ਉਹਨੂੰ ਲੈ ਕੇ ਗਏ ਸੀ ਤੇ ਫਿਰ ਕਹਿੰਦੇ ਜੀ ਡੀਐਸਪੀ ਸਾਹਿਬ ਨੇ ਆਪਦੀ ਗੱਡੀ 'ਚ ਬਹਾਲਿਆ ਹੂੰ ਹੂੰ ਕਿਉਂਕਿ ਬੀਬੀ ਬੀਵੀਆਈਪੀ ਆਈਪੀਸੀ ਕੇ ਜਿਨ੍ਹਾਂ ਨੂੰ ਆਕੇ ਪ੍ਰਧਾਨ ਮੰਤਰੀ ਸਾਹਿਬ ਨਤਮਸਤਕ ਹੁੰਦੇ ਐ ਗ੍ਰਹਿ ਮੰਤਰੀ ਸਾਹਿਬ ਨਤਮਸਤਕ ਹੁੰਦੇ ਐ ਰਿਹਣ ਸਰਕਾਰ ਸੁਖ ਨਾਲ ਉਹਨਾਂ ਦੀ ਹੈ ਭਾਰਤੀ ਜਨਤਾ ਪਾਰਟੀ ਵਾਲਿਆਂ ਦੀ ਔਰ ਆਡੀਐਸਪੀ ਨੇ ਆਪਦੀ ਗੱਡੀ 'ਚ ਬਹਾਲਿਆ ਤੇ ਫਿਰ ਕਹਿੰ ਮਹਿਮਾਨ ਆ ਗਏ ਜੀ ਜਿਹਦੇ ਵਿੱਚ ਦੋ ਘ ਬੀਬੀਆਂ ਸੀ ਸ਼ਾਇਦ ਇੱਕ ਤੋਂ ਬੰਦੇ ਵੀ ਸੀ ਅੱਛਾ ਹੀ ਉਹਨਾਂ ਨਾਲ ਵੀ ਫਿਰ ਉਹਦੀ ਗੱਲਬਾਤ ਕਰਾਤੀ ਹੂੰ ਹੂੰ ਉਹ ਗੱਲਬਾਤ ਕਰਾਉਣ ਤੋਂ ਬਾਅਦ ਇਹ ਸਾਰਾ ਕੁਝ ਹੁੰਦਾ ਸੀ ਕਿ ਕਈ ਪ੍ਰੋਫੈਸ਼ਨਲ ਅਫਸਰ ਹੁੰਦੇ ਹੂੰ ਹੂੰ ਇੱਕ ਡੀਐਸਪੀ ਨੇ ਤਾਂ ਗੱਲਬਾਤ ਕਰਵਾਤੀ ਤੇ ਇੱਕ ਜਿਹੜੇ ਪ੍ਰੋਫੈਸ਼ਨਲ ਅਫਸਰ ਸੀ ਜੀ ਅ ਉਹ ਵੀ ਡੀਐਸਪੀ ਸੀ ਉਹਨਾਂ ਦਾ ਨਾ ਜੀ ਡੀਐਸਪੀ ਸਜਨ ਕੁਮਾਰ ਉਹ ਰੋਤਕ ਦੇ ਉਹਨਾਂ ਨੇ ਕਿਹਾ ਜੀ ਇਹ ਤਾਂ ਬਹੁਤ ਵੱਡੀ ਗੱਲ ਹੈ ਤੁਸੀਂ ਅਨਸ਼ਾਸਨਹੀਨਤਾ ਕੀਤੀ ਹੈ ਅੱਛਾ ਹੀ ਤੁਹਾਨੂੰ ਨਹੀਂ ਸੀ ਮਿਲoye ਬੰਦਾ ਜਿਹੜਾ ਹੈਗਾ ਇੰਨਾ ਜਿਹੜਾ ਥ੍ਰੈਟਨਡ ਪਰਸਨ ਹੈ ਹੂੰ ਹੂੰ ਇਹਨੂੰ ਧਮਕੀ ਵੀ ਮਿਲੀ ਹੋਈ ਆ ਕੁਛ ਵੀ ਆ ਕੁਛ ਵੀ ਹੋ ਸਕਦਾ ਹੈ ਜੀ ਤੁਸੀਂ ਕਿਉਂ ਕੀਤਾ ਤਾਂ ਦਈਆ ਸਾਹਿਬ ਕਹਿੰਦੇ ਵੀ ਸਜਨ ਕੁਮਾਰ ਜੀ ਮੇਰੇ ਬਸ ਦਾ ਰੋਗ ਨਹੀਂ ਕੰਮ ਹੂੰ ਮੈਨੂੰ ਤਾਂ ਚੰਡੀਗੜ੍ਹੋਂ ਫੋਨ ਆਇਆ ਸੀ ਜੀ ਚੰਡੀਗੜ੍ਹੋਂ ਫੋਨ ਆਇਆ ਸੀ ਕਿ ਨਾ ਬੰਦਿਆਂ ਨੂੰ ਮਲਾ ਦਿਓ ਤੇ ਮੈਂ ਬੁਲਾਤਾ ਲਓ ਜੀ ਇਹ ਗੱਲ ਵਿੱਚੇ ਟਿਕੀ ਜਾਂਦੀ ਹੂੰ ਹੂੰ ਪਰ ਕਰਦਿਆਂ ਕਰਾਉਂਦਿਆਂ ਕਰਦਿਆਂ ਕਰਾਉਂਦਿਆਂ ਕੀ ਹੋਇਆ ਕਿ ਇਹ ਗੱਲ ਲੀਕ ਹੋ ਗਈ ਹੂੰ ਤੇ ਲੀਕ ਹੋ ਕੇ ਇੱਕ ਪੱਤਰਕਾਰ ਕੋਲੇ ਪਹੁੰਚ ਗਈ ਗੱਲ ਹੈ 13 ਜੁਲਾਈ ਦੀ ਹੈ ਜੀ ਤੇ ਪੱਤਰਕਾਰ ਕੋਲ ਪਹੁੰਚਦਿਆਂ ਪਹੁੰਚ ਲਿਆ ਉਹ ਚਿੱਠੀ ਵੀ ਪਹੁੰਚ ਗਈ ਹਮ ਹਮ ਸਜਨ ਕੁਮਾਰ ਨੇ ਜਿਹੜੀ ਲਿਖੀ ਸੀ ਤੇ ਉਹਨਾਂ ਨੇ ਜੀ ਆਪਦੀ ਖਬਰ ਲਿਖਤੀ ਅਖਬਾਰ ਨੂੰ ਭੇਜੀ ਤੀ ਤੇ 19 ਅਗਸਤ ਦੇ ਹਿੰਦੁਸਤਾਨ ਟਾਈਮਜ਼ ਦੇ ਵਿੱਚ ਪ੍ਰਮੁਖਤਾ ਨਾਲੇ ਕੰਮ ਲੱਗੇ ਹਮ ਹਮ ਜਦੋਂ ਉਹ ਪ੍ਰਮੁਖਤਾ ਨਾਲ ਲੱਗੀ ਤੇ ਫਿਰ ਆਪੋਜੀਸ਼ਨ ਵੀ ਪੈ ਗਈ ਪੈ ਗਈ ਵੀ ਆ ਹੋਈ ਕੀ ਜਾਂਦਾ ਇੱਕ ਬੰਦਾ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਦੇ ਵਿੱਚ ਉਹਨੂੰ 20 ਸਾਲ ਕੈਦ ਹੋਈ ਹੈ ਹਮ 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 ਇੱਕ ਪત્રਕਾਰ रामचंद्र ਛਤਰਪਤੀ ਨੂੰ ਪੱਤਰਕਾਰ ਕਤਲ ਦੀ ਉਦਾਹਰਣ ਸੁਣਵਾਈ ਚੱਲੀ ਜਾਂਦੀ ਹੈ ਇੱਕ ਜਿਹੜੀ ਹੈਗੀ ਹੈ ਕੇਸ ਦੀ ਜਿਹੜੀ ਹੈਗੀ ਹੈ ਫੈਸਲਾ ਆਉਣ ਵਾਲਾ ਉਸ ਤੋਂ ਬਾਅਦ ਜਿਹੜੇ ਸਾਧੂ ਨੂੰ ਬੁਸੂ ਬਣਾਏ ਆਉਣ ਵਾਲਾ ਇੰਨਾ ਵੱਡਾ ਤੇ ਜਿਹੜਾ ਬੰਦੇ ਨੂੰ ਜਦੋਂ ਕਨਵਿਕਟ ਕੀਤਾ ਹੈ ਹੂੰ ਹੂੰ ਦੋਸ਼ੀ ਕਰਾਰ ਦਿੱਤਾ ਉਦੋਂ ਇੱਕ ਉਹਨਾਂ ਨੇ ਉਹ ਆਪਣਾ ਸੂਟਕੇਸ ਨਾਲ ਲਹਿਰਾਇਆ ਸੀ ਹੂੰ 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 ਤੇ 50-55 ਬੰਦੇ ਮਰ ਗਏ ਸੀ ਮਰ ਗਏ ਸੀ ਸਾਹਿਬ ਪੰਚਕੂਲਾ ਤੇ ਉੱਥੇ ਹਰਿਆਣੇ ਦੇ ਆਪਣਾ ਥੋੜੇ ਯੂ ਨੋ ਸਰਸੇ ਦੇ ਵਿੱਚ ਸਰਸੇ ਦੇ ਵਿੱਚ ਤੇ ਉਹ ਬੰਦੇ ਨੂੰ ਭਾਈ ਇਹ ਫਿਰ ਕੀ ਆ ਫਿਰ ਫਿਰ ਤਰੋੜਾ ਪੈ ਗਿਆ ਹਸਾਬ ਕਿਤਾਬ ਪੁੱਛਣ ਲੱਗੇ ਉਹਨੇ ਕਿਹਾ ਵੀ ਅਦਾਲਤਾਂ ਵੀ ਸਖਤ ਹੋਣਗੀਆਂ ਹੂੰ ਹੂੰ ਲਓ ਜੀ ਹੁਣ ਦਈਆ ਸਾਹਿਬ ਨੂੰ ਸਸਪੈਂਡ ਕਰਤਾ ਸ਼ਮਸ਼ੇਰ ਸੁਦਾਂਗੇ ਅੱਛਾ ਉਹ ਪੰਜਾਬੀ ਦੀ ਇੱਕ ਕਹਾਵਤ ਹੁੰਦੀ ਨੇ ਵੀ ਐਨ ਅਖੀਰਲਾ ਜਿਹੜਾ ਹਿਟਲੇਟਮ ਬਾਹ ਸਾਰਾ ਭਾਰ ਐਟਲੇਟਮ ਤੇ ਆ ਜਾਂਦਾ ਜੀ ਹੁਕਮ ਕੀ ਦਾ ਕੀ ਨੇ ਨਹੀਂ ਪੜਤਾਲ ਹੁਣੇ ਇਸ ਗੱਲ ਦੀ ਹੋਣੀ ਚਾਹੀਦੀ ਹੈ ਹੂੰ ਹੂੰ ਵੈਸੇ ਮੇਰੀ ਸਮਝ ਤਾਂ ਇਹ ਹੈ ਮੇਰੀ ਤਾਂ ਡਿਮਾਂਡ ਵੀ ਇਹ ਹੈ ਕਿ ਮਾਨਜੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੀ ਇਹਦਾ ਸੂ ਮੋਟਰ ਨੋਟਿਸ ਲਵੇ ਜੀ ਜੀ ਔਰ ਇਹਦੇ ਵਿੱਚ ਰਾਜਨੀਤਿਕ ਕਨੈਕਸ਼ਨ ਕੀ ਹੈ ਉਹ ਵੀ ਲਵੇ ਹੂੰ ਹੂੰ ਜੀ ਤੇ ਇਹ ਤਾਂ ਗੱਲ ਸਹੀ ਨਹੀਂ ਹੈ ਤਾਂ ਸੂ ਮੋਟੋ ਗੱਲ ਉਹੀ ਹੈ ਜੀ ਲੈਣਾ ਵੀ ਚਾਹੀਦਾ ਮੈਨੂੰ ਤਾਂ ਕੋਈ ਦੱਸ ਦੇ ਕਹਿੰਦੇ ਹੂੰ ਤਾਂ ਅੰਦਰ ਜੀ ਨਹੀਂ ਲੱਗਦਾ ਇੱਕ ਆਪਣਾ ਸੱਜਣ ਮਿੱਤਰ ਮਿਲੇ ਸੀ ਅੱਛਾ ਕਹਿੰਦੇ ਵੀ ਜਦੋਂ ਲੈ ਕੇ ਗਏ ਕਹਿੰਦੇ ਹਾਲਾਤ ਹੁਣ ਉਹ ਰੰਗ ਤਾਂ ਕਹਿੰਦੇ ਦਾੜ੍ਹੀ ਤਾਂ ਰੰਗ ਲੈਂਦਾ ਪਰ ਕਹਿੰਦੇ ਕੰਧਾਂ ਚ ਵਜਦਾ ਫਿਰਦਾ ਦੇਖੋ ਗੱਲ ਦਾ ਦਾਨੇ ਵਾਲਿਆ ਸਾਹਿਬ ਜਿਹੜੀਆਂ ਉਹ ਕੰਧਾਂ ਹੈ ਹੂੰ ਹੂੰ ਉਹ ਕੰਧਾਂ ਬੜੀਆਂ ਯਾਨਕੈ ਜੀ ਆਪਾਂ ਸੁਖ ਨਾਲ ਮੇਰਾ ਖਿਆਲ ਤੁਹਾਨੂੰ ਤਾਂ ਪਤਾ ਨਹੀਂ ਕਦੇ ਮੌਕਾ ਮਿਲਿਆ ਨਹੀਂ ਮਿਲਿਆ ਮੈਨੂੰ 27 ਵਾਰੀ ਮੌਕਾ ਮਿਲੇ ਅੱਛਾ ਜੇਲ੍ਹ ਯਾਤਰਾ ਕਰਨ ਦਾ ਹਮਮ ਸਟੂਡੈਂਟ ਮੂਵਮੈਂਟ ਦੇ ਵਿੱਚ ਛੋਟੇ ਹੁੰਦੀ ਇਸ ਕੰਮ ਦੇ ਵਿੱਚ ਪੈ ਗਏ ਸੀ ਚਿਤਰਾ ਪੋਲਾ ਹੁੰਦਾ ਚਲ ਚੁਲਬੜ ਦੇ ਪਰਚੇ ਪਰਚੇ ਹੁੰਦੇ ਰਹੇ ਸਾਰਾ ਕੁਝ ਹੋ ਗਿਆ ਹਮਮ ਇੱਕ ਵਾਰੀ ਮੇਰੀ ਮੁਲਾਕਾਤ ਕਰਨਾ ਹੈ ਇੱਕ ਬੰਦਾ ਤੇ ਅਸੀਂ ਡਿਊਟੀ 'ਚ ਬੈਠ ਕੇ ਗੱਲ ਕਰੀ ਹੈਗੀ ਅੱਛਾ ਜੀ ਉਹ ਜੋ ਠਾ ਠਾ ਖੋਲਣ ਬਾਰੀ ਖੋਲਣ ਬੰਦ ਕਰਦੇ ਕਹਿੰਦੇ ਜੇ ਵੱਡਾ ਸਾਹਿਬ ਆ ਗਿਆ ਤਾਂ ਜੀ ਫਿਰ ਉਹਨੇ ਵੱਡਾ ਬਾਰ ਖੋਲਤਾ ਪਹਿਲਾਂ ਉਧਰੋਂ ਟਪਾਉਣਾ ਫਿਰ ਮੈਨੂੰ ਬੰਦਾ ਕਹਿੰਦਾ ਯਾਰ ਤੂੰ ਕਿਵੇਂ ਸਮਝਦਾ ਇੱਥੇ ਮੈਂ ਤਾਂ ਬਹੁਤ ਠੀਕ ਆ ਫਿਰ ਤਾਂ ਕਬਾ ਉਹਦਾ ਬੜੀ-ਬੁੜੀ ਜਨੇ ਹਾਂ ਕਹਿੰਦਾ ਤੂੰ ਖੋਟਾ ਮੈਨੂੰ ਕਹਿਆ ਯਾਰ ਇਹ ਤਾਂ ਮੈਨੂੰ ਅਲੇ ਦੀ ਬੰਦਾ ਸਾਰਾ ਕੁਝ ਇੱਥੇ ਬੱਦ ਕੇ ਸੁਣਾ ਮੈਂ ਕੀ ਕਹਿੰਦਾ ਯਾਰ ਲੋਹੇ ਦੀ ਕੀ ਹਾਲਤ ਹਾਂ ਠਾ ਠਾ ਵੱਜਦਾ ਵਿਚਾਰਾ ਕਹਿੰਦਾ ਇਹਨੂੰ ਟਿਕਣੀ ਨਹੀਂ ਦਿੰਦਾ ਕੋਈ ਕੋਈ ਟਿਕਣੀ ਨਹੀਂ ਜਿਹੜਾ ਲੋਹਾ ਹੀ ਵਾਰੀ-ਵਾਰੀ ਕਹਿੰਦਾ ਕਿੰਨਾ ਖੜਕਾ ਹੋਈ ਜਾਂਦਾ ਹਾਂ ਜਿੱਦੇ ਆਪਣੀ ਪੁਰਾਣੀ ਜੇਲ ਢਾਈ ਤੇ ਉਹਦੇ ਮੈਂ ਲੋਹੇ ਦੇ ਦਰਸ਼ਨ ਵੀ ਕਰਕੇ ਆ ਵੀ ਲੈ ਪਾਈ ਤੇਰਾ ਦਾ ਖੜਾ ਖੜਾ ਛੁੱਟ ਗਿਆ ਨਵਾਂ ਲੱਗ ਗਿਆ ਤੇਰੀ ਥਾਂ ਤੇ ਨਵਾਂ ਲੱਗ ਗਿਆ ਉਹ ਤਾਂ ਫਿਰ ਵੇਚਦਾ ਹੋਣਾ ਨਾ ਕੁਆ ਹਾਂ 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 ਘਾਟ ਢੁੱਲ ਲਿਆ ਉਹਨੇ ਹਾਂ ਹਾਂ ਉਹਨਾਂ ਐਡੀਆਂ ਉੱਚ ਉਹਨਾਂ ਉੱਚੀਆਂ ਕੰਧਾਂ ਦੇ ਵਿੱਚ ਹਾਲਤ ਕੀ ਹੈ ਬਸ ਕਲਾ ਅਸਮਾਨ ਹੀ ਦਿਦਾ ਹੈ ਹੂੰ ਤੇ ਯਹਾਂ ਪਾਸਿਆ ਜਿਹੜੇ ਕਾਕ ਉੱਤੇ ਕਰਵਾਉਂਦੇ ਉਹਨਾਂ ਦਾ ਪਤਾ ਲੱਗਦਾ ਦੀਦੇ ਕੱਖ ਨਹੀਂ ਕਰਦੇ ਦੀਦੇ ਕੱਖ ਨਹੀਂ ਇਸ ਕਰਕੇ ਮਤਲਬ ਜਿਹੜੀ ਹੈ ਨਾ ਤੁਹਾਨੂੰ ਸਭ ਚੀਜ਼ਾਂ ਮਿਲ ਜਾਣ ਹੂੰ ਹੂੰ ਸਭ ਕੁਝ ਮਿਲੀ ਜਾਵੇ ਜਿਹੜੀ ਤੁਹਾਡੀ ਕਿਤੇ ਵੀ ਪਿਤਾ ਜੀ ਤੇ ਮਾਰ ਪਤਾ ਨਹੀਂ ਕੀ ਕੀ ਵਿਸ਼ੇਸ਼ਣ ਲਾਉਂਦੇ ਲੋਕ ਕੋਈ ਨਤਮਸ ਸਕੁੰਦਾ ਕਿਤੇ ਕੁਝ ਆਉਂਦਾ ਕੁਝ ਹੁੰਦਾ ਹਾਂਜੀ ਹੁਣ ਉੱਥੇ ਕਾਕ ਅਗਲੇ ਕਹਿੰਦੇ ਵੀ ਠੀਕ ਹੈ ਕੋਈ ਗੱਲ ਨਹੀਂ ਤੂੰ ਐਸ ਕਰ ਲਾ ਤਾਂ ਬੰਦਾ ਤਾਂ ਆਹੀ ਆਊਗਾ ਹੂੰ ਹੂੰ ਦੀਦੇ ਦੀਦੇ ਭਾਈ ਨਾਂ ਲਿਖਿਆ ਬੈ ਜਿਹੜਾ ਤੇਰਾ ਅਧਿਕਾਰ ਤੇ ਅਧਿਕਾਰ ਤਾਂ ਹੈ ਤੇ ਫਿਰ ਜਿਹੜੇ ਮੌਜ ਮੇਲੇ ਵਾਲੀਆਂ ਸੰਗਤਾਂ ਨੇ ਹੋਣਾ ਸੀ ਉਹ ਨਹੀਂ ਨਾ ਹੁੰਦੀਆਂ ਹੂੰ ਹੂੰ ਕਾਲਾ ਪਈ ਜਾਂਦਾ ਹੈ ਕਾਲਾ ਲੁੱਦਨ ਤੇ ਉਧਰ ਇਧਰ ਤਾਂ ਇਹ ਰੰਗ ਕਾਲਾ ਪਈ ਜਾਂਦਾ ਹੈ ਹੁਣ ਕਹਿੰਦਾ ਮੈਂ ਬੜਾ ਹੈਰਾਨ ਹੈ ਵੀ ਕਈ ਚੈਨਲ ਤਾਂ ਹੀ ਚਲਾ ਦਿੰਦੇ ਮੋਦੀ ਮਸੂਦ ਇਹ ਔਰ ਉਹ ਤਾਲੀਬਾਨ ਕੋ ਉਖਾੜेंगे ਹੈ ਨੀ ਬੜੀਆਂ ਮੈਂ ਤਾਂ ਹੱਸਣਾ ਵੀ ਮੋਦੀ ਸਾਹਿਬ ਨੇ ਉੱਥੇ ਕੀ ਕਿਹੜੀ ਫੌਜ ਭੇਜੀ ਹੈ ਹੈ ਐਵੇਂ ਉਹਦੇ ਵਾਲਾ ਚੈਨਲ ਰਿਪਬਲਿਕ ਕੀ ਆ ਉਹਦਾ ਨਾਮ ਅਰਨਵ ਗੋਸ ਅਰਨਵ ਗੋਸਵਾਮੀ ਕਹਿੰਦਾ ਉਹ ਐਵੇਂ ਲੱਗੀ ਹੈ ਲੱਗਿਆ ਰਹਿੰਦਾ ਪਰ ਕਹਿੰਦੇ ਪੰਜ ਸ਼ੀਲ ਚ ਹਾਲਾਤ ਕਾਫੀ ਸੰਗੀਨ ਨੇ ਜੀ ਬਿਲਕੁਲ ਜੀ ਹਾਲਾਤ ਉੱਥੇ ਕੁਝ ਸੰਗੀਨ ਹੋਣੇ ਸੀ ਕਿਉਂਕਿ ਉੱਥੇ ਇੱਕ ਤਾਂ ਹੈਗਾ ਅਹਿਮਦ ਸ਼ਾ ਮਸੂਦ ਅੱਛਾ ਤੇ ਤੁਹਾਨੂੰ ਪਤਾ ਜਿਹੜੀ ਅਫਗਾਨਿਸਤਾਨ ਹੈ ਨਾ ਅਫਗਾਨਿਸਤਾਨ ਦੇ ਵਿੱਚ ਵੱਖ-ਵੱਖ ਕਬੀਲੇ ਆ ਕਬੀਲੇ ਤੇ ਸਾਰੇ ਸਮਾਂ ਤੇ ਹੁੰਦੇ ਹਾਂ ਹਾਂਜੀ ਹਾਂਜੀ ਲੇਕਿਨ ਉੱਥੋਂ ਦੇ ਕਬੀਲੇ ਜਿਹੜੇ ਹੈਗੇ ਜਿਵੇਂ ਸਰਦਾਰ ਹੁੰਦੇ ਵੀ ਆ ਕਬੀਲੇ ਦਾ ਆ ਮੁਖੀ ਜੀ ਤੇ ਹਰ ਕਬੀਲੇ ਦੇ ਕੋਲੇ ਆਪੋ ਆਪਣੀ ਫੌਜ ਹੈ ਹੂੰ ਹੂੰ ਆਪੋ ਆਪਣੀ ਫੌਜ ਦਾ ਰੰਗ ਰੂਪ ਕੋਈ ਹੋਵੇ ਜੇ ਉਹਨਾਂ ਪਾ ਤਾਲਬਨ ਨੂੰ ਦੇਖੀਏ ਉਹਨਾਂ ਦੇ ਕਿਹੜਾ ਪੈਂਟਾਂ ਪਾਈਆਂ ਕਿਹੜਾ ਬਰਦੀਆਂ ਪਾਈਆਂ ਬਿਲਕੁਲ ਬਿਲਕੁਲ ਵੇਖਣ ਨੂੰ ਤਾਂ ਉਹ ਚਾਦਰਾਂ ਜੀਆਂ ਬਣੀਆਂ ਵੀ ਗਏ ਹੂੰ ਹੂੰ ਜੈਕਟਾਂ ਪਾਈਆਂ ਹੋਈਆਂ ਤੇ ਮਤਲਬ ਜਿਹੜੀ ਹੈਗੇ ਸਿਰ ਦੇ ਉੱਤੇ ਸਾਫੇ ਲਪੇਟੇ ਵੀ ਹੈ ਹੱਥਾਂ 'ਚ ਸਲਟਾਂ ਫੜੀਆਂ ਇਹ ਨਹੀਂ ਪਤਾ ਬੰਦੇ ਕਿੰਨੇ ਹੋਣਗੇ ਹੂੰ ਹੂੰ ਅੱਜ ਇੱਕ ਸੱਜਣ ਨੇ ਮੈਨੂੰ ਵਟਸਐਪ ਦੇ ਤੇ ਮੂਰਤ ਭੇਜੀ ਉਹ ਕਹਿੰਦੇ ਜੀ ਰਿਜ਼ਰਵ ਬੈਂਕ ਆਫ ਅਫਗਾਨਿਸਤਾਨ ਜੀ ਤੇ ਗਾਂ ਬੈਠਾ ਇੱਕ ਮਾਤਰ ਮਤਲਬ ਇਹ ਦਾੜੀ ਉਹਦੀ ਵਧੀ ਹੋਈ ਹੈ ਤੇ ਸਿਰ ਦੇ ਉੱਤੇ ਬਲੇਟੇ ਮਾਰੇ ਹੋਏ ਹੈ ਉੱਤੇ ਜੈਕਟ ਦੀ ਪਾਈ ਹੁੰਦੀ ਹੈ ਵੀ ਯਾਰ ਇਹ ਬੰਦਾ ਬੈਂਕ ਚ ਲਾਉਂਦਾ ਹੋਊਗਾ ਹਮ ਪਰ ਉਹਨਾਂ ਦਾ ਪਹਿਰਾਵਾ ਬੈਂਕ ਚ ਲਾਉਣ ਵਾਲੇ ਵੀ ਉਹਨਾਂ ਦੇ ਵਿੱਚ ਉਹੀ ਜਿਹੀ ਹੁੰਦੀ ਹੈ ਸਾਰਾ ਕੁਝ ਹੁੰਦਾ ਹੈ ਹੁਣ ਉਹ ਜਿਹੜੇ ਜਿਹੜੇ ਸਰਦਾਰਾਂ ਦੇ ਆਪੋ ਆਪਣੇ ਗੈਂਗ ਹੈ ਗਰੋ ਹੈ ਜਿਨ੍ਹਾਂ ਕਿ ਉਹਨਾਂ ਦੀਆਂ ਫੌਜਾਂ ਹੈ ਕੁਝ ਲੋਕ ਮੰਨਦੇ ਕੁਝ ਨਹੀਂ ਮੰਨਦੇ ਭਾਵੇਂ ਅਸ਼ਰਫ ਗਣੀ ਜਿਹੜਾ ਉੱਥੇ ਦਾ ਪ੍ਰੈਜ਼ੀਡੈਂਟ ਹੈ ਉਹ ਚਲਾ ਗਿਆ ਉਹ ਚਲਾ ਗਿਆ ਤੇ ਉਹਦੇ ਜਾਣ ਤੋਂ ਬਾਅਦ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਦਾ ਇੱਕ ਬਿਆਨ ਆਇਆ ਕਿ ਸਾਡੀ ਫੌਜ ਨੇ 3 ਲੱਖ ਦੀ ਇਹਨਾਂ ਦੀ ਫੌਜ ਹੈ ਇਹਨੂੰ ਅਸੀਂ ਟ੍ਰੇਨਡ ਕੀਤਾ ਜੀ ਇਹਨੂੰ ਅਸੀਂ ਉਹੋ ਜਿਹੇ ਹਥਿਆਰ ਦਿੱਤੇ ਜਿਹੜੇ ਅਸੀਂ ਅਜੇ ਨਾਟੋ ਦੀਆਂ ਫੌਜਾਂ ਨੂੰ ਵੀ ਨਹੀਂ ਦਿੱਤੇ ਪੂਰੀ ਮੁਕੰਮਲ ਅਸੀਂ ਇਹਨਾਂ ਦੀ ਮਦਦ ਕੀਤੀ ਤੇ ਇਹ ਬੰਦੇ ਕਹਿੰਦੇ ਬਿਨਾਂ ਲੜੇ ਤੁਸੀਂ ਇਹਨੂੰ ਨੇ ਸਰੈਂਡਰ ਕਰਤਾ ਹੂੰ ਹੂੰ ਤੇ ਰਾਸ਼ਟਰਪਤੀ ਛੱਡ ਕੇ ਭੱਜ ਗਿਆ ਜੀ ਉਹਨੂੰ ਦੇਖਣ ਵਾਲੀ ਗੱਲ ਇਹ ਹੈ ਕਿ ਰਾਸ਼ਟਰਪਤੀ ਛੱਡ ਕੇ ਭੱਜਿਆ ਕਿਉਂ ਹੂੰ ਹੂੰ ਦਾਨ ਵਾਲਿਆ ਸਭ ਮੇਰੇ ਕੋਲ ਇੱਕ ਡਾਕੂਮੈਂਟ ਹੱਥ ਲੱਗ ਗਿਆ ਜੀ ਮੈਂ ਉਸ ਡਾਕੂਮੈਂਟ ਨੂੰ ਬੜਾ ਪੜ੍ਹ-ਪੜ੍ਹ ਕੇ ਹੈਰਾਨ ਹੋਇਆ ਹੂੰ ਉਹ ਡਾਕੂਮੈਂਟ ਅਮਰੀਕਾ ਦਾ ਸਰਕਾਰ ਦਾ ਡਾਕੂਮੈਂਟ ਹੈ ਅੱਛਾ ਔਰ ਉਸ ਡਾਕੂਮੈਂਟ ਦੇ ਵਿੱਚ ਉਹ ਦੱਸਦੇ ਕੀ ਹੈ ਕਿ 20 ਫਰਵਰੀ ਹੂੰ ਨੂੰ ਫਰਵਰੀ 2020 ਨੂੰ ਜੀ ਕਤਰ ਦੇ ਦੋਹਾ ਦੇ ਵਿੱਚ ਐਗਰੀਮੈਂਟ ਫਾਰ ਬ੍ਰਿੰਗਿੰਗ ਬ੍ਰਿੰਗਿੰਗ ਇਨ ਅਫਗਾਨਿਸਤਾਨ ਅੱਛਾ ਈਸ ਬ੍ਰਿੰਗਿੰਗ ਇਨ ਅਫਗਾਨਿਸਤਾਨ ਹਾਂ ਹਾਂ ਇਹ ਇਹਨਾਂ ਦੀ ਡਾਕੂਮੈਂਟ ਜਿਹੜਾ ਹੈਗਾ ਕੀਤਾ ਹੈ ਇਸ ਡਾਕੂਮੈਂਟ ਦੇ ਉੱਤੇ ਜਿਹੜੇ ਦਸਖਤ ਕੀਤੇ ਆ ਉਹ ਕੀਤੇ ਆ ਜੀ ਅਮਰੀਕਾ ਦੀ ਟੀਮ ਨੇ ਟੀਮ ਨੇ ਅੱਛਾ ਜੀ ਇਹਦੇ ਤੇ ਦਸਖਤ ਕੀਤੇ ਆ ਤਾਲਬਾਨਾਂ ਦੇ ਦੇ ਇੱਕ ਗਰੁੱਪ ਨੇ ਹੂੰ ਹੂੰ ਔਰ ਇਸ ਤਾਲਬਾਨਾਂ ਦੇ ਗਰੁੱਪ ਨੂੰ ਜਿਹੜਾ ਹੈਗਾ ਇਹਨੂੰ ਕਿਸੇ ਕਿਸਮ ਦੀ ਕੋਈ ਮਾਨਤਾ ਨਹੀਂ ਹੈ ਮਿਲੀ ਜੀ ਇਹਦੇ ਵਿੱਚ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਕਹਿੰਦੇ ਵੀ ਇਹ ਜਿਹੜੀ ਹੈਗੀ ਹੈ ਇਹ ਇਨ ਜਿਹੜਾ ਵੀ ਅੱਗੇ ਬਣੂਗਾ ਕੀ ਜਿਹੜਾ ਸਮਝੌਤਾ ਕੀਤਾ ਹੈ ਗਰੁੱਪ ਦੇ ਨਾਲ ਜਿਹੜਾ ਉਹਨਾਂ ਨੇ ਸਾਈਨ ਕੀਤਾ ਹੈ ਅਮਰੀਕਾ ਦੇ ਅਥਾਰਟੀਜ਼ ਨੇ ਅਫਗਾਨਿਸਤਾਨ ਦੀ ਸਰਕਾਰ ਨਾਲ ਨਹੀਂ ਕੀਤਾ ਨਹੀਂ ਕੀਤਾ ਅਸ਼ਰਫ ਗਣੀ ਨੂੰ ਕੋਈ ਪਤਾ ਨਹੀਂ ਉਹਨੂੰ ਨਹੀਂ ਬੁਲਾਇਆ ਹੂੰ ਹੂੰ ਜਿਨ੍ਹਾਂ ਦੇ ਨਾਲ ਕੀਤਾ ਉਹਨਾਂ ਨੇ ਜਿਹੜਾ ਕੀਤਾ ਉਹਨਾਂ ਨੇ ਕਿਹਾ ਕਹਿੰਦਾ ਇਸਲਾਮਿਕ ਅਮੀਰਾਤ ਜੀ ਅਫਗਾਨਿਸਤਾਨ ਹੂੰ ਹੂੰ ਉਹਦੇ ਨਾਲ ਕੀਤਾ ਅਮੀਰਾਤ ਦਾ ਮਤਲਬ ਹੁੰਦਾ ਬਾਦਸ਼ਾਹ ਜੀ ਇਸਲਾਮਿਕ ਅਫਗਾਨਿਸਤਾਨ ਦਾ ਬਾਦਸ਼ਾਹ ਹੈ ਜਿਹੜਾ ਉਹਦੇ ਨਾਲ ਇਹ ਸਮਝੌਤਾ ਹੋ ਰਿਹਾ ਹੈ ਹੂੰ ਹੂੰ ਔਰ ਇਸ ਸਮਝੌਤੇ ਦੇ ਵਿੱਚ ਜੋ ਤੁਸੀਂ ਅਸ਼ਰਫ ਗਣੀ ਜਿਹੜਾ ਪ੍ਰੈਜ਼ੀਡੈਂਟ ਹੈ ਉਹਨੂੰ ਪਾਰਟੀ ਨਹੀਂ ਬੁਲਾਇਆ ਉਹਨੂੰ ਪਤਾ ਹੀ ਨਹੀਂ ਤੇ ਤੁਸੀਂ ਨਾਲ ਉਹਨਾਂ ਨੇ ਸੌਦੇ ਕਰੀ ਜਾਂਦੇ ਕਿ 31 ਅਗਸਤ ਤੱਕ ਅਸੀਂ ਸਾਰੀਆਂ ਫੌਜਾਂ ਕੱਢ ਲਾਂਗੇ ਹਾਂ 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 ਅਫਗਾਨਿਸਤਾਨ ਤੁਹਾਡੇ ਹਵਾਲੇ ਕਰ ਦੇਣਗੇ ਤੇ ਫਿਰ ਜਿਹੜਾ ਪ੍ਰੈਜ਼ੀਡੈਂਟ ਹੈ ਪ੍ਰੈਜ਼ੀਡੈਂਟ ਲੜੂਕਾ ਦੇ ਨਾਲ ਪ੍ਰੈਜ਼ੀਡੈਂਟ ਨੂੰ ਪਤਾ ਵੀ ਮੇਰੇ ਰਸੇ ਪੈੜੇ ਦਾ ਬੱਟ ਤੇ ਉਹ ਆਪਣੀ ਜਾਨ ਬਚਾਈ ਤੇ ਭੱਜ ਗਿਆ ਉਹਦੇ ਡਾਕਟਰ ਨਜੀਬੁੱਲਾ ਯਾਦ ਹੈ ਕਿ ਡਾਕਟਰ ਨਜੀਬੁੱਲਾ ਨੂੰ ਵੀ ਕਤਲ ਕਰਕੇ ਐ ਟੱਕਦਾ ਸੀ ਜੀ ਜੀ ਲੇਕਿਨ ਜਿਹੜਾ ਉਹਦਾ ਵਾਈਸ ਪ੍ਰੈਜ਼ੀਡੈਂਟ ਸੀ ਮਿਸਟਰ ਸੁਲੇ ਸੁਲੇ ਹਾਂ ਸੁਲੇ ਨੇ ਇਸ ਰੰਡਰ ਕਰਨ ਤੋਂ ਕਰ ਕਰ ਤਾ ਉਹ ਵੀ ਪੰਜ ਸ਼ੀਲ 'ਚ ਪਹੁੰਚ ਗਿਆ ਹਾਂ ਹਾਂ ਅਹਿਮਦ ਸ਼ਾ ਮਸੂਦ ਵੀ ਪੰਜ ਸ਼ੀਲ 'ਚ ਹੈ ਉਨਾ ਦੇ ਕੁਲਿਆ ਪ੍ਰਿਪਾਉਜ ਐ ਅਫਗਾਨਿਸਤਾਨ ਦੀ ਟੁੱਟੀ ਫੁੱਟੀ ਫੌਜ ਜਿਹੜੀ ਸਰੈਂਡਰ ਕਰ ਗਈ ਸੀ ਕਾਫੀ ਫੌਜ ਦਾ ਹਿੱਸਾ ਵੀ ਉੱਥੇ ਪਹੁੰਚ ਗਿਆ ਪਹੁੰਚ ਗਿਆ ਹਾਂਜੀ ਔਰ ਇਹ ਪੰਜਸ਼ੀਰੇ ਇਲਾਕਾ ਉਹ ਹੈ ਜਿਹੜਾ ਇਲਾਕਾ ਕਿਤੇ ਗੁਲਾਮ ਨਹੀਂ ਹੋਇਆ ਹਮ 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 ਉੱਥੇ ਕਿਸੇ ਦੀ ਕੋਈ ਸਰਕਾਰ ਨਹੀਂ ਕੋਈ ਲੈਣ ਨਹੀਂ ਦੇਣੀ ਉਹ ਉਹਨਾਂ ਨੇ ਉੱਥੇ ਇਕੱਠੇ ਕਰਕੇ ਕਹਿੰਦੇ ਵੀ ਅਸੀਂ ਆ ਗਏ ਹਮ ਹਮ ਇੰਟਰਸਟਿੰਗ ਗੱਲ ਇਹ ਹੈ ਕਿ ਮਿਸਟਰ ਸੁਲੇ ਜਿਹੜਾ ਉਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਹੈ ਜੀ ਕੱਲ ਮੈਂ ਉਹਦੀਆਂ ਤਸਵੀਰਾਂ ਦੇਖ ਰਿਹਾ ਸੀਗਾ ਤਾਂ ਉਹ ਬੈਠਾ ਉੱਥੇ ਆਪਣਾ ਤੁਰਾ ਵਲੀਵਾਲ ਖੜੀ ਹੈ ਬਸ ਅੱਛਾ ਮਤਲਬ ਉੱਥੇ ਉਹ ਇਹਦਾ ਨਤੀਜਾ ਇਹ ਹੋਇਆ ਕਿ ਦੂਜੇ ਪਾਸੇ ਕੀ ਤਾਲਬਨ ਵੀ ਕਹਿੰਦੇ ਜੀ ਹਜ਼ਾਰਾਂ ਦੀ ਚੱਲ ਪਈ ਉਧਰੋਂ ਉਧਰੋਂ ਉਹਨਾਂ ਦੀਆਂ ਫੌਜਾਂ ਵੀ ਇਹ ਜਦੋਂ ਉਹ ਤਾਲਬਨ ਦੀਆਂ ਫੌਜਾਂ ਪਰੇ ਜਿਹੜੀ ਪਹਿਲੀ ਟੱਕਰ ਹੁੰਦੀ ਹੈ ਜੀ ਬੀਬੀਸੀ ਦੀ ਰਿਪੋਰਟ ਦੇ ਮੁਤਾਬਕ 300 ਜਿਹੜੇ ਤਾਲਬਨ ਗੁਰੀਲੇ ਮਾਰੇ ਗਏ ਹੂੰ ਹੂੰ ਹੁਣ ਉੱਥੇ ਲੜਾਈ ਚੱਲ ਰਹੀ ਹੈ ਜੀ ਗਾਗਾਚ ਅੱਛਾ ਜੀ ਕੇਰਾਬੰਦੀ ਕਹਿੰਦੇ ਤਾਲਬਨ ਨੇ ਵੀ ਪਾਲੀ ਤੇ ਗਾਂ ਲੜਨ ਵਾਲੇ ਬੰਦੇ ਉਹ ਵੀ ਹੈ ਔਰ ਮਸੂਦ ਅਹਿਮਦ ਨੇ ਵੀ ਕਹਿਤਾ ਵੀ ਡਿਕਸ਼ਨਰੀ ਚ ਮੇਰੀ ਚਤਾ ਹੈ ਜਿਹੜੀ ਸਮਝੌਤੇ ਵਾਲੀ ਗੱਲਬਾਤ ਹੀ ਹੈ ਨਹੀਂ ਅਸੀਂ ਲੜਾਈ ਲੜਾਂਗੇ ਜੀ ਜਿਹੜਾ ਵਾਈਸ ਪ੍ਰੈਜ਼ੀਡੈਂਟ ਸੁਲੇ ਹੈ ਉਹ ਵੀ ਕਹਿੰਦਾ ਜੀ ਲੜਾਈ ਲੱਗ ਰਹੀ ਸੀ ਅਸੀਂ ਲੜਾਈ ਛੱਡ ਨਹੀਂ ਸੀ ਸੋ ਹਾਲਤ ਇਸ ਵੇਲੇ ਬੜੀ ਕ੍ਰਿਟੀਕਲ afghanistan ਦੀ ਹਮਮ ਔਰ afghanistan ਦੇ ਵਿੱਚ ਜਿਹੜੀ ਸਾਡੇ ਭਾਈਚਾਰੇ ਦੀ ਹਾਲਤ ਹੋਈ ਹੈ ਉਹ ਤੁਸੀਂ ਦੇਖੋ ਕਿੰਨੀ ਭਿਆਨਕ ਹੈ ਪਰ ਮੈਂ ਦੱਸ ਦੇਣੀ ਚਾਹੂੰਗਾ ਜੀ ਤਿੰਨ ਸਿੱਖਾਂ ਨੂੰ ਹਮਮ ਜਿਹੜੇ ਸਿੱਖਾਂ ਦੀਆਂ ਜਾਨਾਂ ਖਤਰੇ 'ਚ ਆਏ ਜੀ ਹਵਾਈ ਅੱਡੇ ਤੇ ਆਏ ਆ ਲੇਕਿਨ ਆਪਣਾ ਥੋੜਾ ਦਾਨੀ ਵਾਲਿਆ ਸਭ ਉਹਨਾਂ ਦੇ ਸਿਰਾਂ ਦੇ ਉੱਤੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਸਿਰਾਂ ਦੇ ਉੱਤੇ ਚੱਕੇ ਹੋਏ ਚੱਕੇ ਉਹ ਤਿੰਨ ਬੰਦੇ ਆਏ ਉੱਥੋਂ ਜਹਾਜ਼ ਤੇ ਚੜ ਕੇ ਆ ਗਏ ਫਿਰ ਸਾਡੇ ਰਾਜਨੀਤਿਕ ਬੰਦੇ ਨੇ ਰਾਜਨੀਤਿਕ ਕਰੋਟ ਉਹਦਾ ਕਰਨੀ ਕਰਨੀ ਜਿਹਦਾ ਸੇਖਦੇ ਹੀ ਹੈ ਹੁਣ ਤੁਸੀਂ ਇਹ ਦੇਖੋ ਕਿ ਜਿਹੜੇ ਬੰਦੇ ਅਫਗਾਨਿਸਤਾਨ ਚੋਂ ਗੁਰੂਗ੍ਰੰਥ ਸਾਹਿਬ ਇੱਥੇ ਲੈ ਆਏ ਕਿ ਉਹ ਹਵਾਈ ਅੱਡੇ 'ਤੇ ਬਾਹਰ ਨਹੀਂ ਲੱਗਿਆ ਸਕਦੇ ਸੀ ਪਰ ਉੱਥੇ ਭਾਰਤ ਸਰਕਾਰ ਦੇ ਵਜ਼ੀਰ ਹਵਾਬਾਜੀ ਮੰਤਰੀ ਪੂਰੀ ਸਾਹਿਬ ਹਰਦੀਪ ਸਿੰਘ ਪੂਰੀ ਪਹੁੰਚ ਕੇ ਲਿਆਉ ਜੀ ਕਹਿੰਦੇ ਮੇਰੇ ਸਿਰ ਤੇ ਰੱਖੋ ਪਰ ਜੇ ਨਹੀਂ ਪਹੁੰਚੋ ਤੁਸੀਂ ਜਲਾਏ ਦਾ ਹਾਂ ਇਹ ਇਹ ਤੋਂ ਪਹਿਲਾਂ ਜਿਹੜਾ ਤੇਰਾ ਪੂਰੀ ਸਾਹਿਬ ਤੁਹਾਡੇ ਨਾਲ ਦਾ ਹੀ ਸੀ ਜਸਵੰਤ ਸਿੰਘ ਹੂੰ ਹੂੰ ਇਹੀ ਜਸਵੰਤ ਸਿੰਘ ਜਾ ਕੇ ਤੁਹਾਡਾ ਕਾਬਲ ਦੇ ਅੱਡੇ ਦੇ ਉੱਤੇ ਜਦੋਂ ਜਹਾਜ਼ ਅਗਵਾ ਹੋਇਆ ਹਾਂ ਤੇ ਜਿਹੜੇ ਮਸੂਦ ਆ ਗਏ ਜਿਹੜੇ ਚਾਹੀਦੇ ਸੀਗੇ ਉਹਨਾਂ ਨੂੰ ਅਤਵਾਦੀ ਚਾਹੀਦੇ ਸੀ ਉਹ ਸਪੁਰਦ ਕਰਕੇ ਆਏ ਸੀ ਉੱਥੇ ਤੁਸੀਂ ਸਪੁਰਦ ਕਰਦੇ ਆਂ ਰਾਦ ਦੇਣੀ ਚਾਹੀਦੀ ਸੀ ਉਹਨਾਂ ਸਿੱਖਾਂ ਨੂੰ ਮਾਨਸਾਨ ਉਹਨਾਂ ਦਾ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਉਹਨਾਂ ਨੂੰ ਬਾਹਰ ਲੈ ਕੇ ਆਉਣਾ ਚਾਹੀਦਾ ਸੀ ਚਾਹੇ ਬੰਗਲਾ ਸਾਹਿਬ ਹੋਵੇ ਚਾਹੇ ਲੈ ਕੇ ਹੋਵੇ ਤਾਂ ਜਲੂਸ ਕੱਢ ਕੇ ਲੈ ਕੇ ਆਉਣਾ ਚਾਹੀਦਾ ਸੀ ਲੇਕਿਨ ਇਹ ਵੀ ਉਹ ਕਰਨ ਵਾਲਾ ਕੋਈ ਤੇ ਮਤਲਬ ਫਿਰ ਵਾਵਾ ਖੱਟਣ ਵਾਸਤੇ ਕੋਈ ਕਿਉਂਕਿ ਇਲੈਕਸ਼ਨ ਆਉਣੀਆਂ ਆ ਗਈ ਪੂਰੀ ਸਾਲ ਦੇ ਅਬਰ ਮੈਂ ਥੋੜੀ ਜੀ ਕਨਫਰਮ ਕਰ ਲਾਂ ਜੀ ਕਹਿੰਦੇ ਯੂਕਰੇਨ ਦਾ ਹਵਾਈ ਯਾਰ ਐਸੇ ਨੂੰ ਕਹਿੰਦੇ ਇਰਾਨ ਚ ਹਾਈਜੈਕ ਕਰਨ ਦੀ ਖਬਰ ਆ ਰਹੀ ਹੈ ਮੈਂ ਥੋੜੀ ਇਹਨੂੰ ਦੇਖੋ ਕੀ ਬੰਦ ਕਰ ਲਿਆ ਹੁਣ ਜੀ ਹਾਈਜੈਕ ਕਰ ਲਿਆ ਹੁਣ ਕਿਉਂਕਿ ਬਹੁਤ ਦੇਰ ਬਾਅਦ ਹੋਇਆ ਕਿਉਂਕਿ ਉਹੀ ਕਲਾਪਸ ਹੈ ਸਕਿਉਰਟੀ ਕਲਾਪਸ ਹਾਂ 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 ਬਿਲਕੁਲ 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 ਸੋ ਬਹੁਤ ਬਹੁਤ ਸ਼ੁਕਰਗੁਜ਼ਾਰ ਤੁਹਾਡਾ ਮਿਹਰਬਾਨੀ ਸੋ ਪ੍ਰੋਗਰਾਮ ਬਾਦ ਦਸਤੂਰ ਜਿਤਨਾ ਜਾਰੀ ਰਹੇਗਾ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ